ਜੰਮਣ ਭੋਏ ਛੱਡ ਕੇ ਇੱਥੇ ਆਉਣਾ ਸੌਖਾ ਨਹੀਂ, ਉੱਪਰੀ ਧਰਤੀ ਵਿੱਚ ਪਰਦੇਸਾਂ ਚਿੱਤ ਲਾਉਣਾ ਸੌਖਾ ਨਹੀਂ, ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ ਦੇ, ਟੁਕੜਿਆਂ ਦੇ ਵਿੱਚ ਵੰਡ ਹੋ ਕੇ ਜਿਉਣਾ ਸੌਖਾ ਨਹੀਂ, ਟੁਕੜਿਆਂ ਦੇ ਵਿੱਚ ਵੰਡ ਹੋ ਕੇ ਜਿਉਣਾ ਸੌਖਾ ਨਹੀਂ। ਮੈਂ ਜਗਤਾਰ ਜੱਗੀ, ਪੰਜਾਬੀ ਮਾਂ ਬੋਲੀ ਨੂੰ ਅਤੇ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। 26 ਦਸੰਬਰ ਦਾ ਦਿਨ ਹੈ ਅੱਜ, ਇਹ ਹਫ਼ਤਾ ਜਿਵੇਂ ਅਸੀਂ ਗੱਲ ਕੀਤੀ ਹੈ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾਂਦਾ, ਔਰ ਇਸ ਹਫ਼ਤੇ ਦੇ ਵਿੱਚ ਅੱਜ ਜੇ 26 ਦਸੰਬਰ ਦੀ ਗੱਲ ਕਰੀਏ ਤਾਂ ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਹੀ ਉਹ ਦਿਨ ਸੀ ਜਦੋਂ ਉਹਨਾਂ ਨੂੰ ਤੋਰ ਕੇ, ਪੈਦਲ ਤੋਰ ਕੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਪਿਆ ਸੀਗਾ। ਬਹੁਤ ਸਾਰੇ ਸ਼ਬਦ ਵੀ ਬਣੇ ਨੇ, ਵਾਟਾਂ ਲੰਬੀਆਂ ਅਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਨੇ ਗੁਰਾਂ ਦੇ ਲਾਲ ਜੀ। ਸੋ ਇਹ ਸੀਗਾ ਤੁਰੇ ਜਾਂਦੇ ਜਿਹੜਾ ਹੈਗਾ, ਜਾਂ ਦਾਦੀ ਨੂੰ ਪੁੱਛਦੇ ਨੇ ਪੋਤੇ ਵੀ ਮਾਂ ਹੁਣ ਘਰ ਕਿਤਨੀ ਕੁ ਦੂਰ, ਇਸ ਤਰ੍ਹਾਂ ਜਿਹੜੇ ਸਾਰੇ ਕੁਛ ਸ਼ਬਦ ਬਣੇ ਨੇ, ਗਾਏ ਨੇ, ਜਾਂ ਬਹੁਤ ਸਾਰੇ ਸਿੰਗਰਾਂ ਨੇ ਗੀਤ ਵੀ ਗਾਏ ਨੇ, ਉਹ ਅੱਜ ਦੇ ਦਿਨ ਦੀ ਗੱਲ ਕਰਦੇ ਹੋਏ ਉਹ ਗੀਤ ਗਾਏ ਨੇ। ਸੋ ਪਰਮਾਤਮਾ ਪੂਰੀ ਦੁਨੀਆ ਦੇ ਵਿੱਚ ਵੈਸੇ ਮਨਾ ਰਹੇ ਹੈ ਬਹੁਤ ਸ਼ਰਧਾ ਦੇ ਨਾਲ ਇਹ ਪੂਰਾ ਹਫ਼ਤਾ, ਪਰ ਐਤਕੀ ਜਿਹੜੀ ਕੁਛ ਹਾਂ ਪੱਖੀ ਗੱਲ ਇਹ ਲੱਗੀ ਕਿ ਪਹਿਲਾਂ ਨਾਲੋਂ ਜ਼ਿਆਦਾ ਅਵੇਅਰ ਹੈਗੇ ਅਸੀਂ, ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਇਸ ਹਫ਼ਤੇ ਬਾਰੇ ਪਤਾ ਲੱਗੇ। ਉਹ ਵੱਖਰੀ ਗੱਲ ਆ ਕਿ ਕਿਸੇ TV ਚੈਨਲ ਨੇ ਉੱਥੇ ਜਾ ਕੇ ਲੋਕਾਂ ਨੂੰ ਪੁੱਛਿਆ ਸੀ ਫਤਿਹਗੜ੍ਹ ਸਾਹਿਬ ਕਿ ਅੱਜ ਦਾ ਇਤਿਹਾਸ ਕੀ ਹੈ, ਫਤਿਹਗੜ੍ਹ ਸਾਹਿਬ ਦਾ ਇਤਿਹਾਸ ਕੀ ਹੈ, ਅਤੇ ਵਿੱਚੋਂ ਤਕਰੀਬਨ ਬਾਹਲੇ ਲੋਕਾਂ ਨੂੰ ਇਹ ਨਹੀਂ ਸੀ ਪਤਾ। ਅਸੀਂ ਹੀ ਸੀ ਲੋਕਾਂ ਦੇ ਵਿੱਚ, ਅਸੀਂ ਤੁਸੀਂ ਸੀਗੇ ਆਪਣੇ 'ਚੋਂ ਸੀਗੇ ਕਿ ਇਹ ਇੱਥੇ ਦਾ ਕੀ ਇਤਿਹਾਸ ਹੈਗਾ। ਸੋ ਇਹ ਇੱਕ ਥੋੜ੍ਹੀ ਜਿਹੀ ਦੁੱਖ ਵਾਲੀ ਗੱਲ ਜ਼ਰੂਰ ਲੱਗੀ, ਜਿੱਥੇ ਅੱਜ ਦਾ ਸੋਸ਼ਲ ਮੀਡੀਆ ਪੂਰਾ ਪ੍ਰਚਾਰ ਕਰਦਾ ਹੈ, ਸਾਰੇ TV ਚੈਨਲ ਪੂਰਾ ਦੱਸਦੇ ਨੇ ਇਤਿਹਾਸ ਬਾਰੇ, ਉੱਥੇ ਹੀ ਸਾਡੇ ਬਹੁਤ ਸਾਰੇ ਲੋਕ ਜਾਂ ਤਾਂ ਅਸੀਂ ਇਹ ਇਤਿਹਾਸ ਜਾਣਨਾ ਹੀ ਨਹੀਂ ਚਾਹੁੰਦੇ, ਜਾਂ ਫਿਰ ਸਾਨੂੰ ਕੋਈ ਦੱਸਦਾ ਨਹੀਂ। ਚਲੋ ਅੱਜ ਦੀਆਂ ਬਾਕੀ ਇੱਕ ਦੋ ਖਬਰਾਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ, ਉਹ ਕਾਫੀ ਜਿਹੜੀਆਂ ਦੇਖਣ ਸੁਣਨ ਦੇ ਵਿੱਚ ਆਉਂਦੀਆਂ, ਅਸੀਂ ਅਕਸਰ ਗੱਲਬਾਤ ਕਰਦੇ ਰਹੀਦਾ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੀ ਨਾਗਰਿਕਤਾ ਕਾਨੂੰਨ ਬਿੱਲ ਆ, ਉਹਨੇ ਪੂਰੀ ਦੁਨੀਆ ਦੇ ਵਿੱਚ ਪੂਰੀ ਤਰਥੱਲੀ ਜਿਹੜੀ ਆ ਉਹ ਮਚਾਈ ਹੋਈ ਆ। ਉਦੋਂ ਬਾਅਦ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਠੰਡ ਜਿਹੜੀ ਕਹਿੰਦੇ ਪਿਛਲੇ 49 ਸਾਲਾਂ ਦਾ ਰਿਕਾਰਡ ਤੋੜਤਾ, ਰਜਾਈਆਂ ਵੀ ਜਵਾਬ ਦੇ ਗਈਆਂ ਕਹਿੰਦੇ, ਅਤੇ ਦੂਜਾ ਪੰਜਾਬ ਦੇ ਵਿੱਚ ਜਿਹੜਾ ਆਪਾਂ ਜਦੋਂ ਹੁੰਦੇ ਸੀ ਉਦੋਂ ਵੀ ਇਹੀ ਹਾਲਾਤ ਹੁੰਦੇ ਸੀਗੇ ਕਿ ਦਰਵਾਜ਼ੇ ਦੀਆਂ ਝੀਤਾਂ ਦੇ ਵਿੱਚ ਬੋਰੀਆਂ ਫਸਾਈਦੀਆਂ ਸੀਗੀਆਂ, ਅਤੇ ਠੰਡੀ ਹਵਾ ਫੇਰ ਵੀ ਆਉਣੋਂ ਨਹੀਂ ਹਟਦੀ ਸੀ। ਅਤੇ ਦੂਜਾ ਸਭ ਤੋਂ ਵੱਡਾ ਪੰਗਾ ਪਿੰਡਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਅੱਜ ਕੱਲ੍ਹ ਤਾਂ ਚਲੋ ਅਟੈਚਡ ਬਾਥਰੂਮ ਆ ਗਏ, ਸਾਰਾ ਕੁਛ ਹੋ ਗਿਆ, ਪਰ ਉਦੋਂ ਸਭ ਤੋਂ ਵੱਡਾ ਪੰਗਾ ਇਹ ਹੁੰਦਾ ਸੀਗਾ ਕਿ ਬਾਥਰੂਮ ਵਿਹੜਾ ਪੂਰਾ ਪਾਰ ਕਰਕੇ ਤਾਂ ਬਾਹਰ ਜਾਣਾ ਪੈਂਦਾ ਸੀਗਾ, ਹੁੰਦਾ ਸੀ। ਹੁਣ ਅੱਜ ਕੱਲ੍ਹ ਅਟੈਚਡ ਬਾਥਰੂਮ ਆ ਗਿਆ ਪਿੰਡਾਂ ਦੇ ਵਿੱਚ ਵੀ। ਉਹ ਮਾਹੌਲ ਜਿਹੜਾ ਅੱਜ ਦੀ ਠੰਡ ਜਿਹੜੀ ਹੈਗੀ ਆ, ਇੱਕ ਪਾਸੇ ਅਸੀਂ ਇਸ ਠੰਡ ਦੀ ਗੱਲ ਕਰਦੇ ਹਾਂ, ਰਜਾਈਆਂ ਵੀ ਜਵਾਬ ਦੇ ਗਈਆਂ, ਅੰਗੀਠੀਆਂ ਵੀ ਜਵਾਬ ਦੇ ਗਈਆਂ, ਪਰ ਇਹ ਉਹੀ ਠੰਡ ਹੈ ਜਦੋਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਅਤੇ ਬੱਚੇ ਜਿਹੜੇ ਬੈਠੇ ਸੀਗੇ। ਅੱਜ ਹੁਣ ਨਿਆਣਾ ਸਾਡੇ ਕੋਈ ਹੁੰਦਾ, ਛੋਟਾ ਮੋਟਾ ਹੁੰਦਾ ਬੱਚਾ, ਜਿਵੇਂ ਸਾਡੇ ਵੀ ਚਲੋ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਅਤੇ ਇੰਨੀ ਕੋਸ਼ਿਸ਼ ਹੁੰਦੀ ਹੈ ਵੀ ਇਹ ਠੰਡ ਨਾ ਲੱਗ ਜਾਏ, ਹਵਾ ਨਾ ਲੱਗ ਜਾਏ, ਕੋਈ ਬੱਚੇ ਦੇ ਮਾੜੀ ਜਿਹੀ ਝਰੀਟ ਵੀ ਲੱਗ ਜਾਂਦੀ ਸਾਡੇ ਤਾਂ ਅਸੀਂ ਉਹ ਤੋਂ ਵਾਹ ਵੇਲਾ ਖੜਾ ਕਰ ਦਿੰਦੇ, ਫਟਾਫਟ ਡਾਕਟਰ ਨੂੰ ਬੁਲਾਓ, ਆਹ ਕਰੋ ਉਹ ਕਰੋ। ਸੋ ਅਗਰ ਅਸੀਂ ਕੰਪੇਅਰ ਕਰੀਏ ਇਹਨਾਂ ਚੀਜ਼ਾਂ ਨੂੰ ਤਾਂ ਬਹੁਤ ਸੋਚਣ ਦੀ ਲੋੜ ਹੈ ਕਿ ਉਸ ਸਮੇਂ ਕੀ ਮਾਹੌਲ ਰਿਹਾ ਹੋਊਗਾ ਜਦੋਂ ਠੰਡੀਆਂ ਰਾਤਾਂ, ਠੰਡਾ ਬੁਰਜ, ਅਤੇ ਉਸ ਤੋਂ ਉੱਪਰ ਕੋਈ ਕੱਪੜਾ ਉਹਨਾਂ ਨੂੰ ਕੋਈ ਉੱਪਰ ਲੈਣ ਨੂੰ, ਕੁਰਜਾਈਆਂ ਗਦੈਲੇ ਵਗੈਰਾ ਨਹੀਂ ਸੀਗੀਆਂ। ਸੋ ਇਹ ਗੱਲਾਂ ਨੂੰ ਨਾਲ ਨਾਲ ਸਾਰੀਆਂ ਚੱਲਦੀਆਂ ਨੇ। ਚਲੋ ਖੈਰ, ਆਪਾਂ ਪ੍ਰੋਗਰਾਮ ਅੱਜ ਜਿਹੜਾ ਜਿਵੇਂ ਕਰਨਾ ਹੁੰਦਾ, ਪ੍ਰੋਗਰਾਮ ਕਰਨਾ ਹੀ ਪੈਂਦਾ ਹੈਗਾ। ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਵੀ ਕੋਈ ਨਾ ਕੋਈ ਕੋਸ਼ਿਸ਼ ਕਰੀ ਦੀ ਹੈਗੀ ਹੈ। ਨਾਲ ਦੀ ਨਾਲ ਇੱਕ ਹੋਰ ਜਿਹੜੀ ਖਬਰ ਇਹ ਸੀਗੀ ਕਿ ਮੋਦੀ ਸਾਹਿਬ ਨੇ ਇੱਕ ਅਟਲ ਭੌ ਜਲ ਯੋਜਨਾ ਤਿਆਰ ਕੀਤੀ ਹੈ ਕਿ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਇਹ ਪਾਣੀ ਦੀ ਯੋਜਨਾ ਹੈਗੀ ਹੈ। ਧਰਤੀ ਥੱਲੜੇ ਪਾਣੀ ਦੀ ਗੱਲਬਾਤ ਕਰਦੇ, ਉਹਨੂੰ ਕਿਵੇਂ ਬਚਾਉਣਾ ਕਿਵੇਂ ਨਹੀਂ ਬਚਾਉਣਾ, ਉਹਦੇ 'ਚ ਸਾਰੇ ਰਾਜਾਂ ਦੇ ਨਾਮ ਹੈਗੇ ਆ, ਅਤੇ ਪਰ ਪੰਜਾਬ ਦਾ ਰਾਜ ਨਾਮ ਉਹਦੇ 'ਚ ਨਹੀਂ ਹੈਗਾ। ਅਤੇ ਕੈਪਟਨ ਸਾਹਿਬ ਰੌਲਾ ਪਾ ਰਹੇ ਨੇ, ਭਾਈ ਸਾਡਾ ਨਾਮ ਵੀ ਲਿਖ ਲਾ ਇਹਦੇ 'ਚ, ਅਸੀਂ ਵੀ ਇਸੇ ਯੋਜਨਾ ਦੇ ਵਿੱਚ ਆ ਜਾਵਾਂਗੇ। ਪਰ ਉਹ ਚਲੋ ਖੈਰ, ਆਉਂਦੇ ਨਹੀਂ ਆਉਂਦੇ, ਬਾਅਦ ਦੀ ਗੱਲ ਆ। ਇਹ ਖਬਰਾਂ ਵੀ ਤੁਹਾਡੇ ਨਾਲ ਨਾਲ ਸਾਂਝੀਆਂ ਕਰੀਦੀਆਂ। ਹੁਣ ਅੱਜ ਦੇ ਵਿਸ਼ੇ ਵੱਲ ਚੱਲੀਏ ਜੀ। ਵਿਸ਼ਾ ਅੱਜ ਦਾ ਇਹੀ ਹੈ ਕਿ ਖਰੀਦਦਾਰੀ ਇੱਕ ਅਸੀਂ ਕਰਦੇ ਹਾਂ,
ਪੰਜਾਬ ਦੇ ਵਿੱਚ ਹੁੰਦੇ ਸੀ, ਜਦੋਂ ਪਿੰਡ ਹੁੰਦੇ ਸੀਗੇ ਤਾਂ ਉਦੋਂ ਖਰੀਦਦਾਰੀ ਦਾ ਤਰੀਕਾ ਹੋਰ ਹੁੰਦਾ ਸੀ, ਤੌਰ ਤਰੀਕਾ ਹੋਰ ਹੁੰਦਾ ਸੀਗਾ ਕਿ ਸੌਦਾ ਲੈਣ ਵੀ ਜਾਂ ਤਾਂ ਸ਼ਹਿਰੋਂ ਜਾਣਾ ਪੈਂਦਾ ਸੀ, ਪਿੰਡ 'ਚ ਹੱਟੀ ਹੁੰਦੀ ਸੀ ਪਰ ਸ਼ਹਿਰ ਥੋੜ੍ਹਾ ਸਸਤਾ ਮਿਲ ਜਾਂਦਾ ਸੀ, ਫਿਰ ਥੋੜ੍ਹਾ ਮੋਟਾ ਸਮਾਨ ਪਿੰਡੋਂ ਲੈ ਲੈਣ, ਬਾਕੀ ਸ਼ਹਿਰੋਂ ਜਾ ਕੇ ਹੱਟੀ ਤੋਂ ਲੈਂਦੇ ਹੁੰਦੇ ਸੀ। ਕੱਪੜਾ ਲੱਤਾ ਲੈਣ ਜਾਣਾ ਤਾਂ ਉਹ ਵੀ ਸ਼ਹਿਰ ਜਾਣਾ ਪੈਂਦਾ ਸੀ, ਅਤੇ ਫਿਰ ਸ਼ਹਿਰ ਦੇ ਵਿੱਚ ਉਦੋਂ ਹੀ ਜਾ ਹੁੰਦਾ ਸੀ ਜਦੋਂ ਫਿਰ ਕੋਈ ਜਦ ਦਿਨ ਸੁੱਧ ਹੋਣਾ ਜਾਂ ਕੋਈ ਵਿਆਹ ਸ਼ਾਦੀ ਹੋਣੀ, ਅਤੇ ਫਿਰ ਉਦੋਂ ਸ਼ਹਿਰ ਦੇ ਵਿੱਚ ਜਾ ਕੇ ਤਾਂ ਖਰੀਦਦਾਰੀ ਕੀਤੀ ਜਾਂਦੀ ਸੀ, ਕੋਈ ਕੱਪੜਾ ਜਿਹੜਾ ਹੈਗਾ ਜੁੱਤੀ ਵਗੈਰਾ ਜੋ ਲੈਣੀ ਆ ਉਹ ਆਪਾਂ ਲੈਂਦੇ ਹੁੰਦੇ ਸੀਗੇ। ਸਮਾਂ ਬਦਲਿਆ ਹੌਲੀ ਹੌਲੀ, ਇੱਕ ਫਿਰ ਪਿੰਡਾਂ ਦੇ ਵਿੱਚ ਵੀ ਵੇਚਣ ਵਾਲੇ ਆ ਜਾਂਦੇ, ਸੂਟ ਵੇਚਣ ਵਾਲੇ ਜ਼ਿਆਦਾ ਹੁੰਦੇ ਸੀ, ਇੱਕ ਕਮੀਜ਼ਾਂ ਪਜਾਮੇ ਜਿਹੜੇ ਘੱਟ ਵੇਚਣ ਵਾਲੇ ਆਉਂਦੇ, ਸੂਟਾਂ ਵਾਲੇ ਤਾਂ ਬਹੁਤ ਆਉਂਦੇ ਹੁੰਦੇ ਪਿੰਡਾਂ ਦੇ ਵਿੱਚ, ਪੂਰੀ ਗੱਡੀ ਉਹ ਲੱਦੀ ਹੁੰਦੀ ਸਾਈਕਲ ਦੇ ਪਿੱਛੇ, ਅਤੇ ਉਹ ਕਾਫੀ ਆਉਂਦੇ ਸੀਗੇ, ਉਹ ਵੀ ਇੱਕ ਖਰੀਦਦਾਰੀ ਦਾ ਸਮਾਂ ਸੀਗਾ। ਖਰੀਦਦਾਰੀ ਦਾ ਸਮਾਂ ਬਦਲਦਾ ਬਦਲਦਾ ਇਹ ਇੱਥੋਂ ਤੱਕ ਆ ਗਿਆ ਕਿ ਪਹਿਲਾਂ ਤਾਂ ਸਹੂਲਤਾਂ ਬਹੁਤ ਹੋ ਗਈਆਂ, ਪਹਿਲਾਂ ਬ੍ਰਾਂਡਡ ਜਿਹੜਾ ਕੱਪੜਾ ਕੋਈ ਹੈ ਪੰਜਾਬ ਦੇ ਵਿੱਚ ਉਹ ਨਾਂ ਵੀ ਨਹੀਂ ਪਤਾ ਹੁੰਦੇ ਸੀਗੇ ਸਾਨੂੰ, ਜਾਂ ਗੱਲ ਕਰੀਏ ਤਾਂ ਬਹੁਤੇ ਲੋਕਾਂ ਨੂੰ ਮਾੜੇ ਮੋਟੇ ਕਿਸੇ ਨੂੰ ਪਤਾ ਹੋਊਗਾ, ਜਦੋਂ ਬਾਹਰ ਅੰਦਰ ਆ ਗਿਆ ਜਾਂ ਸ਼ਹਿਰ ਦੇ ਵਿੱਚ ਆ ਗਿਆ ਉਹਨੂੰ ਪਤਾ ਹੋਊਗਾ। ਬ੍ਰਾਂਡਡ ਨਾਂ ਤਾਂ ਉਹ ਸੁਣ ਕੇ ਹੀ ਡਰ ਜਾਂਦੇ ਸੀ, ਰੇਟ ਜਦੋਂ ਬ੍ਰਾਂਡਡ ਕਿਸੇ ਚੀਜ਼ ਦਾ ਕਮੀਜ਼ ਦਾ ਜਾਂ ਰੇਟ ਸੁਣਦੇ ਸੀ ਤਾਂ ਸੁਣ ਕੇ ਡਰ ਜਾਂਦੇ, ਹੈਂ ਘਰਦਿਆਂ ਨੂੰ ਤਾਂ ਗਾਸ਼ ਪੈਣ ਵਾਲੀ ਹੋ ਜਾਂਦੀ ਵੀ ਇੰਨੇ ਇੰਨੇ 'ਚ ਤਾਂ ਸਾਰੇ ਪੂਰੇ ਟੱਬਰ ਦੇ ਕੱਪੜੇ ਆ ਜਾਣੇ ਜਿੰਨੇ ਤੂੰ ਇਹ ਗੱਲ ਕਰਦਾ। ਇਹ ਸਮਾਂ ਚੇਂਜ ਹੁੰਦਾ ਹੁੰਦਾ ਅੱਜ ਅਸੀਂ ਜਿੱਥੇ ਖੜ੍ਹੇ ਹਾਂ, ਅੱਜ ਖਰੀਦਦਾਰੀ ਦਾ ਦੌਰ ਇਹ ਆ ਗਿਆ ਕਿ ਖਰੀਦਦਾਰੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਸਟੋਰ ਥਾਂ ਥਾਂ ਹੈਗੇ ਆ, ਸਟੋਰਾਂ ਦੇ ਵਿੱਚੋਂ ਵੱਡੇ ਸਟੋਰਾਂ ਦੇ ਵਿੱਚੋਂ ਬਾਹਰਲੇ ਮੁਲਕਾਂ ਦੀ ਵੀ ਗੱਲ ਕਰੀਏ ਤਾਂ ਸਟਾਫ ਬੜਾ ਘਟਾਈ ਜਾਂਦੇ ਨੇ, ਠੀਕ ਹੈ ਜੀ। ਚੀਜ਼ ਔਨਲਾਈਨ ਜਿਹੜੇ ਸਟੋਰ ਜ਼ਿਆਦਾ ਸਰਗਰਮ ਹੋ ਗਏ ਚੀਜ਼ਾਂ ਕਿ ਔਨਲਾਈਨ ਤੁਸੀਂ ਚੀਜ਼ ਲਓ, ਔਨਲਾਈਨ ਤੁਹਾਨੂੰ ਸਟੋਰ ਨਾਲੋਂ ਸਸਤੀ ਮਿਲਦੀ ਹੈ, ਠੀਕ ਹੈ। ਬਹੁਤ ਸਾਰੇ ਸਟੋਰਾਂ ਦਾ ਔਨਲਾਈਨ ਚੀਜ਼ ਖਰੀਦਦੇ ਬੜੀ ਵਧੀਆ ਨਿਕਲਦੀ ਹੈ ਚੀਜ਼ਾਂ, ਤਕਰੀਬਨ ਫਿਰ ਔਨਲਾਈਨ ਹੀ ਖਰੀਦਣ ਲੱਗ ਪਏ ਲੋਕ ਸਾਰੇ। ਔਨਲਾਈਨ ਦਾ ਜਿਹੜਾ ਰਿਵਾਜ਼ ਹੈ ਉਹ ਇੰਨਾ ਕੁ ਪੈ ਗਿਆ ਕਿ ਸਟੋਰਾਂ ਦੇ ਵਿੱਚ ਸਟਾਫ ਬਹੁਤ ਘੱਟ ਗਿਆ। ਉਦੋਂ ਅਗਲਾ ਇਹ ਕਰਤਾ ਖਰੀਦਦਾਰੀ ਦਾ ਫਰਕ ਇਹ ਪਾਤਾ ਕਿ ਬੰਦੇ ਦੀ ਲੋੜ ਹੀ ਨਹੀਂ, ਤੁਸੀਂ ਆਪ ਚੀਜ਼ ਚੱਕੀ ਆਪੇ ਸਕੈਨ ਕੀਤੀ ਆਪੇ ਪੈਸੇ ਦਿੱਤੇ ਚੱਲ ਜਾਓ ਘਰਾਂ ਨੂੰ, ਕੋਈ ਚੱਕਰ 'ਚ ਪੈਣ ਦੀ ਲੋੜ ਹੀ ਨਹੀਂ। ਤੀਜਾ ਹੁਣ ਇਹ ਵੀ ਹੋ ਗਿਆ ਕਿ ਤੁਸੀਂ ਉੱਤੋਂ ਕੋਈ ਵੀ ਨਹੀਂ ਬੰਦਾ ਸਟੋਰ ਦੇ ਵਿੱਚ, ਇੱਕ ਨਵਾਂ ਸਟੋਰ ਪਤਾ ਕਿੱਥੇ ਖੁੱਲ੍ਹਿਆ ਉਹ ਕੋਈ ਵੀ ਬੰਦਾ ਨਹੀਂ ਹੈਗਾ, ਉਹਦੇ 'ਚ ਤੁਸੀਂ ਚੀਜ਼ਾਂ ਉਹਨੂੰ ਨੋਟ ਕੀਤੀਆਂ ਕੀਤੀਆਂ ਅਤੇ ਉਹ ਆਟੋਮੈਟਿਕ ਜਿਹੜੀਆਂ ਤੁਹਾਡੇ ਉਹ 'ਚ ਕਾਰਟ ਦੇ ਵਿੱਚ ਚਲ ਜਾਂਦੀਆਂ ਅਤੇ ਤੁਸੀਂ ਕਾਰਡ ਰਾਹੀਂ ਪੇ ਕਰੋ ਅਤੇ ਘਰ ਆ ਜਾਓ। ਇਹ ਇੰਨਾ ਕੁ ਸੌਖਾ ਹੋ ਗਿਆ ਕਿ ਔਨਲਾਈਨ ਦਾ ਸਾਨੂੰ ਬਹੁਤ ਜ਼ਿਆਦਾ ਰਿਵਾਜ਼ ਪੈ ਗਿਆ ਵੀ ਔਨਲਾਈਨ ਚੀਜ਼ ਖਰੀਦ ਲਓ, ਔਨਲਾਈਨ ਖਰੀਦ ਲਓ, ਔਨਲਾਈਨ ਖਰੀਦ ਲਓ। ਔਨਲਾਈਨ ਜਿੱਥੇ ਸਾਨੂੰ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਆਦਤ ਹੈ, ਸ਼ਹਿਰਾਂ ਦੇ ਵਿੱਚ ਔਨਲਾਈਨ ਖਰੀਦਣ ਦੀ ਆਦਤ ਪਈ ਹੈ, ਪਤਾ ਹੁੰਦਾ ਵੀ ਆਹ ਫਲਾਨੀ ਕੰਪਨੀ ਦੀ ਜਿਹੜੀ ਹੈ ਸ਼ਰਟ ਮੇਰੇ ਲਾਰਜ ਆਉਣੀ ਆ, ਫਲਾਨੀ ਦੀ ਇੰਨੀ ਆਉਣੀ ਆ, ਤਾਂ ਉਹ ਖਰੀਦਦੇ ਤਕਰੀਬਨ ਤਕਰੀਬਨ ਕਈ ਵਾਰ ਠੀਕ ਵੀ ਨਿਕਲਦੀਆਂ ਪਰ ਕਈ ਵਾਰੀ ਇਹੋ ਜਿਹਾ ਪੰਗਾ ਪੈਂਦਾ, ਜਿਹੜੇ ਸਟੋਰ ਹੈਗੇ ਨੇ ਉਹ ਤਾਂ ਚਲੋ ਵਾਪਸ ਕਰ ਲੈਂਦੇ ਆ, ਜਿਹੜੇ ਸਟੋਰ ਹੈਗੇ ਨੇ ਉਹ ਵਾਪਸ ਕਰ ਲੈਂਦੇ ਵੀ ਚਲੋ ਇੱਥੋਂ ਚੀਜ਼ ਲਿਆਂਦੀ ਇੱਥੇ ਜਾ ਕੇ ਬਦਲਣੀ ਹੈ, ਵਾਪਸ ਕਰਨੀ ਹੋ ਜਾਂਦੀ ਹੈ। ਹੁਣ ਇੱਦਾਂ ਹੀ ਹੈ, ਮੈਨੂੰ ਕਿਸੇ ਪੰਜਾਬ ਤੋਂ ਭੇਜੀ ਕਿਸੇ ਨੇ ਗੱਲ ਕਹਾਣੀ ਭੇਜੀ ਔਨਲਾਈਨ ਦੀ, ਉਹ ਕਹਿੰਦੇ ਵੀ ਇਹ ਲੋਕਾਂ ਨਾਲ ਸਾਂਝੀ ਜ਼ਰੂਰ ਕਰਿਓ ਵੀ ਔਨਲਾਈਨ ਜਿਹੜੀਆਂ ਖਰੀਦਣ 'ਤੇ ਠੱਗੀਆਂ ਵੀ ਵੱਜ ਸਕਦੀਆਂ। ਉਸ ਭਾਈ ਸਾਹਿਬ ਨੇ ਠੱਗੀ ਕਾਹਦੇ 'ਚ ਵੱਜੀ ਹੈ, ਬੜੀ ਹਾਸੇਹੀਣੀ ਜੀ ਗੱਲ ਲੱਗਦੀ, ਬੜੀ ਅਜੀਬ ਜੀ ਗੱਲ ਲੱਗਦੀ ਹੈ। ਉਹ ਕਹਿੰਦਾ ਵੀ ਮੈਂ ਵਿਹਲਾ ਬੈਠਾ ਟਾਈਮ ਪਾਸ ਕਰ ਰਿਹਾ ਸੀ, ਟੀਵੀ ਚੈਨਲ ਦੇਖਣੇ ਸ਼ੁਰੂ ਕਰਤੇ, ਔਰ ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਉਹ ਟੀਵੀ ਚੈਨਲ ਆਉਂਦੇ ਨੇ, ਇੱਥੇ ਵੀ ਕਦੇ ਵੀ ਲਾ ਲਓ ਕੋਈ ਅੰਗਰੇਜ਼ੀ ਚੈਨਲ ਜਦੋਂ ਤੁਸੀਂ ਲਾਉਂਦੇ ਉਹ 'ਚ ਘੱਟੋ ਘੱਟ 30-40 ਚੈਨਲ ਇਹੋ ਜਿਹੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਹੁਣੇ ਚੀਜ਼ ਖਰੀਦੋ, ਹੁਣੇ ਫੋਨ ਕਰੋ ਤੁਸੀਂ ਤਾਂ ਤੁਹਾਨੂੰ ਇਹ ਨਜ਼ਾਰੇ ਆ ਜੇ ਹੈ ਵੋ ਆ ਵੋ ਆ। ਉਹ ਬੰਦਾ ਕਹਿੰਦਾ ਵੀ ਮੈਂ ਟੀ ਵੀ ਲਾਇਆ ਅਤੇ ਉਹਦੇ ਉੱਥੇ ਕੁਦਰਤੀ ਉਹ ਆ ਗਿਆ ਚੈਨਲ ਜਿਹੜਾ ਵੇਚਦੇ ਸੀ, ਸਮਾਨ ਵੇਚਦੇ ਸੀ, ਆਹ ਲਓ ਆਹ ਲਓ ਆਹ ਲਓ। ਹੁਣ ਪੰਜਾਬ ਦੇ ਵਿੱਚ ਅਗਰ ਚੈਨਲ ਆ ਤਾਂ ਪੰਜਾਬ ਦੇ ਹਿਸਾਬ ਨਾਲ ਹੀ ਉਹਨਾਂ ਨੇ ਉੱਥੇ ਚੀਜ਼ਾਂ ਦੇਣੀਆਂ ਨੇ, ਇੱਧਰ ਹੁੰਦਾ ਸੋਨਾ ਹੁੰਦਾ, ਰਿੰਗ ਲੈ ਲਓ ਉਹ ਲੈ ਲਓ। ਅਤੇ ਉਹ ਕਹਿੰਦਾ ਵੀ ਮੈਂ ਟੀ ਵੀ ਲਾਇਆ ਅਤੇ ਉੱਥੇ ਇੱਕ ਬੜੀ ਸੋਹਣੀ ਜੀ ਕੁੜੀ, ਬਹੁਤ ਸੋਹਣੀ, ਹਿੰਦੀ ਬੋਲੇ ਅਤੇ ਰਜਾਈ ਉਹਦੇ ਕੋਲ ਇੱਕ ਰਜਾਈ, ਕਹਿੰਦੀ ਵੀ ਤੁਸੀਂ ਹੁਣੇ ਖਰੀਦੋ, ਠੰਡ ਬਹੁਤ ਆ ਤੁਹਾਡੇ ਕੋਲ, ਜਿੰਨੇ ਵੀ ਟੀ ਵੀ ਦੇਖਦੇ ਹੋ ਠੰਡ ਬਹੁਤ ਆ, ਇਹ ਸਾਡੀ ਰਜਾਈ ਜਿਹੜੀ ਹੈ ਇਹ ਬਹੁਤ, ਤੁਸੀਂ ਚਾਰ ਚੁਫੇਰੇ ਹੋ, ਐਨ ਜਦੋਂ ਲਪੇਟ ਕੇ ਪੈ ਜਾਓਗੇ ਠੰਡ ਤੁਹਾਡੇ ਨੇੜੇ ਵੀ ਨਹੀਂ ਆਊਗੀ, ਠੰਡ ਕਿਤੇ ਦੂਰੋਂ ਨੇੜਿਓਂ ਨਹੀਂ ਆਊਗੀ, ਤੁਸੀਂ ਆਰਾਮ ਨਾਲ ਬਹੁਤ ਆਰਾਮ ਮਹਿਸੂਸ ਕਰੋਗੇ। ਹੋਰ ਤਾਂ ਹੋਰ ਸਾਡੀ ਰਜਾਈ ਤੁਸੀਂ ਖਰੀਦੋਗੇ ਜਿਹੜੀ ਇਹ ਔਨਲਾਈਨ, ਅੱਜ ਹੁਣ ਖਰੀਦੋਗੇ 2 ਘੰਟੇ, ਸਿਰਫ 2 ਘੰਟੇ ਦੇ ਵਿੱਚ ਵਿੱਚ ਜਿਹਨੇ ਖਰੀਦ ਲਈ ਖਰੀਦ ਲਈ, ਉਦੋਂ ਬਾਅਦ ਅਸੀਂ ਵੇਚਣੀ ਨਹੀਂ ਹੈਗੀ। ਅਤੇ ਰਜਾਈ ਜਿਹੜੀ ਹੈ ਜਿਹੜਾ ਖਰੀਦੂਗਾ ਉਹਦੇ ਗੋਡਿਆਂ ਦੇ ਮੋਢਿਆਂ ਦਰਦ ਜਿਹੜਾ ਉੱਪਰ ਲੈ ਕੇ ਪਊਗਾ, ਗੋਡਿਆਂ ਦੇ ਮੋਢਿਆਂ ਦਰਦ ਵੀ ਨਹੀਂ ਹੋਊਗਾ ਉਹਨੂੰ। ਹੋਰ ਛੱਡੋ,
ਉਹ ਕਹਿੰਦੇ ਰਜਾਈ ਲਾ ਕੇ ਕਹਿੰਦਾ ਵੀ ਕਦੇ ਐਨ ਡਾਂਸ ਕਰਦੇ ਚਲ ਜਾਵੇ, ਕਦੇ ਔਨ ਚਲ ਜਾਵੇ, ਅਤੇ ਮੇਰਾ ਦਿਲ ਕੀਤਾ ਵੀ ਯਾਰ ਰਜਾਈ ਕਿਤੇ ਹੱਥੋਂ ਨਿਕਲ ਨਾ ਜਾਵੇ। ਫਿਰ ਹਜੇ ਕਹਿੰਦਾ ਮੈਂ ਸੋਚ ਹੀ ਰਿਹਾ ਸੀ, ਫਿਰ ਬੋਲਣ ਲੱਗ ਪਈ ਵੀ ਜਦੋਂ ਤੁਸੀਂ ਇਹ ਰਜਾਈ ਲਓਗੇ, ਮਹਿਸੂਸ ਕਰੋਗੇ ਤੁਸੀਂ ਆਪਣੇ ਆਪ ਨੂੰ ਰਾਜੇ ਮਹਾਰਾਜੇ, ਜਿਹੜੇ ਇਹਦੇ 'ਤੇ ਹਾਥੀ ਛਪੇ ਹੋਏ ਨੇ ਰਜਾਈਆਂ ਦੇ ਉੱਪਰ, ਅਤੇ ਉਹ ਤੁਹਾਨੂੰ ਐਂ ਲੱਗੂਗਾ ਰਾਜਸਥਾਨ ਦੇ ਤੁਸੀਂ ਕਿਸੇ ਮਹਾਰਾਜੇ ਹੋ, ਔਰ ਤੁਹਾਡੇ 'ਚ ਮਹਾਰਾਣਾ ਪ੍ਰਤਾਪ ਜੀ ਨੇ ਦਲੇਰੀ ਆ ਜੂਗੀ, ਜੇ ਹੋਜੂ ਵੋ ਹੋਜੂ ਉਹ ਹੋਜੂ ਉਹ ਹੋਜੂ। ਤਾਂ ਕਹਿੰਦਾ ਮੇਰੇ ਤੋਂ ਰਹਿ ਨਹੀਂ ਹੋਇਆ। ਉਹ ਕਹਿੰਦੇ ਜੀ ਵੀ ਹੁਣ ਇਹ ਰਜਾਈਆਂ ਖਰੀਦੋਗੇ 1400 ਦੀਆਂ ਦੋ ਤੁਹਾਨੂੰ ਮਿਲ ਜਾਣਗੀਆਂ। ਕਹਿੰਦਾ ਵੀ ਮੈਂ ਕਿਹਾ ਵੀ ਰਜਾਈ ਇੱਕ ਤਾਂ ਵਿਰਸਾ ਜਿਹੜਾ ਹੈਗਾ ਉਹ ਵਿਰਸੇ ਦੀਆਂ ਗੱਲਾਂ ਕਰਦੇ ਨੇ, ਇਹ ਸਾਡਾ ਵਿਰਸਾ ਛੁਪਿਆ ਹੋਇਆ ਨਿਗੰਧਣ ਦੀ ਗੱਲ ਬਕਾਇਦਾ ਉਹਨੇ ਕਹਿੰਦਾ ਦੱਸੀ, ਨਿਗੰਧੀਆਂ ਹੋਈਆਂ ਰਜਾਈਆਂ ਨੇ ਬਕਾਇਦਾ, ਇਹ ਰੰਗਣ ਦਾ ਕੰਮ ਅਤੇ ਨਿਗੰਧਣ ਦਾ ਕੰਮ ਸਪੈਸ਼ਲੀ ਤੌਰ 'ਤੇ ਕੀਤਾ ਗਿਆ ਇੰਡੀਆ ਦੇ ਹਿਸਾਬ ਨਾਲ। ਵਿਦੇਸ਼ਾਂ ਤੋਂ ਕੋਈ ਤਾਂ ਕਹਿੰਦਾ ਵਿਦੇਸ਼ਾਂ ਤੋਂ ਨਿਗੰਧ ਕੇ ਮੰਗਾਈਆਂ ਜੀ ਰਜਾਈਆਂ, ਵਿਦੇਸ਼ਾਂ 'ਚ ਕਿਹਨੂੰ ਪਤਾ ਰਜਾਈਆਂ ਨਿਗੰਧਣ ਦਾ ਇੱਥੇ ਪਿੱਛੇ ਬੰਦਾ। ਚਲੋ ਜੀ ਕਰਦੇ ਕਰਾਉਂਦੇ ਉਹ ਕਹਿੰਦਾ ਵੀ ਮੈਂ ਮਨ ਬਣਾ ਲਿਆ ਵੀ ਮੈਂ ਰਜਾਈਆਂ ਲੈਣੀਆਂ, ਫਟਾਫਟ ਫੋਨ ਚੱਕਿਆ ਅਤੇ ਫੋਨ ਬੁਲਾ ਲਿਆ ਜਿਹੜਾ ਨੰਬਰ ਸਕਰੀਨ 'ਤੇ ਆ ਰਿਹਾ ਸੀ, 2 ਘੰਟੇ ਕਿਤੇ ਲੰਘ ਨਾ ਜਾਣ। ਉੱਥੋਂ ਅੱਗੇ ਉਹ ਕੰਪਨੀ ਵਾਲੇ ਨੇ ਫੱਟ ਕਹਿੰਦਾ 3-4 ਮਿੰਟ ਬਾਅਦ ਫੋਨ ਚੱਕ ਲਿਆ ਅਤੇ ਕਹਿੰਦੇ ਜੀ ਤੁਸੀਂ ਬਹੁਤ ਲੱਕੀ ਹੋ, ਬਹੁਤ ਕਰਮ ਵਾਲੇ ਹੋ, ਤੁਹਾਡਾ ਫੋਨ ਲੱਗ ਗਿਆ ਜੀ। ਫੋਨ ਤਾਂ ਲੋਕਾਂ ਦਾ 3-3 ਦਿਨ ਨਹੀਂ ਲੱਗਦਾ ਇੱਥੇ। ਕਰਦੇ ਕਰਾਉਂਦੇ ਜੀ ਉਹ ਕਹਿੰਦੇ ਵੀ ਮੈਂ ਕਿਹਾ ਰਜਾਈਆਂ ਤਾਂ ਹੱਥੋਂ ਜਾਣ ਨਹੀਂ ਦੇਣੀ ਆ। ਉਹ ਕਹਿੰਦੇ ਵੀ 600 ਰੁਪਈਆ ਤੁਹਾਡਾ ਲੱਗਣਾ ਜਿਹੜੀ ਤੁਹਾਨੂੰ ਕੋਰੀਅਰ ਕਰਨੀ ਹੈ, ਅਤੇ 24 ਘੰਟੇ 'ਚ ਰਜਾਈ ਤੁਹਾਨੂੰ ਪਹੁੰਚ ਜਾਣੀ ਆ। ਆਉਣੀ ਕਹਿੰਦੇ ਸਮੁੰਦਰ ਦੇ ਰਸਤੇ, ਅਤੇ 24 ਘੰਟਿਆਂ 'ਚ ਪਹੁੰਚ ਜਾਣੀ ਆ। ਸਮੁੰਦਰ ਦੇ ਰਸਤੇ ਪਤਾ ਨਹੀਂ ਹੁਣ ਕਿਹੜਾ ਰਸਤਾ ਬਣਾਉਂਦੇ ਆ। ਚਲੋ ਖੈਰ ਕਹਿੰਦਾ ਜੀ ਮੈਂ ਫਟਾਫਟ ਪੈਸੇ, ਮੈਂ ਕਿਹਾ ਚਲੋ ਕੋਈ ਨਹੀਂ, 2000 ਬਣਿਆ, 1399 ਪਲੱਸ 600, 2000 ਦੇ ਕਰੀਬ ਬਣਿਆ, ਕੋਈ ਗੱਲ ਨਹੀਂ। ਪਰ ਇਹ ਜਿਹੜਾ ਵਿਰਸਾ ਹੈਗਾ ਰਜਾਈ ਦੇ ਵਿੱਚ ਉਹ ਨਹੀਂ ਮਿਸ ਹੋਣ ਦੇਣਾ, ਵੀ ਜੇ ਮੈਂ ਇਹ ਰਜਾਈਆਂ ਛੱਡਤੀਆਂ ਤਾਂ ਮੇਰਾ ਇਹ ਸਮਝ ਲਾ ਵੀ ਮੈਂ ਆਪਣੇ ਦੇਸ਼ ਨਾਲ ਧਰੋਹ ਕਰ ਰਿਹਾ, ਧੋਖਾ ਕਰ ਰਿਹਾ। ਤੇ ਭੇਜਤੀ ਤਾਂ ਰਾਤ ਨੂੰ ਕਹਿੰਦਾ ਫਿਰ ਨੀਂਦ ਨਹੀਂ ਆਈ ਰਜਾਈਆਂ ਵੀ ਅੱਜ ਆਏ ਹਾਏ ਹਾਏ ਅੱਜ ਰਜਾਈ ਹੁੰਦੀ ਤਾਂ ਬੜਾ ਵਧੀਆ, ਠੰਡ ਬਹੁਤ। ਅਗਲੇ ਦਿਨ ਤੜਕੇ ਹੀ ਫੋਨ 'ਤੇ ਮੈਸੇਜ ਆ ਗਿਆ ਵੀ ਤੁਹਾਡੀਆਂ ਰਜਾਈਆਂ ਜਿਹੜੀਆਂ, ਤੁਹਾਡਾ ਪੈਕਟ ਜਿਹੜਾ ਉਹ ਤੁਹਾਡੇ ਸ਼ਹਿਰ ਦੇ ਨੇੜੇ ਪਹੁੰਚ ਗਿਆ ਅਤੇ ਕੱਲ੍ਹ ਨੂੰ 11 ਵਜੇ ਘਰ ਪਹੁੰਚ ਜਾਣਾ। ਲਓ ਜੀ ਸਵੇਰ ਤੋਂ ਉੱਠ ਕੇ ਘਰ ਬੈਠੇ, ਕਿਤੇ ਕੰਮ 'ਤੇ ਨਹੀਂ ਗਏ। 11 ਵਜੇ ਕਹਿੰਦਾ ਬੈੱਲ ਵੱਜ ਗਈ, ਬੈੱਲ ਵੱਜੀ ਅਤੇ ਕੋਰੀਅਰ ਵਾਲੇ ਨੇ ਇੱਕ ਐਡਾ ਕੁ ਪੈਕਟ ਜਿਹਾ ਛੋਟਾ ਜਿਹਾ ਉਹਨੇ ਫੜਾਇਆ। ਕਹਿੰਦਾ ਵੀ ਅਸੀਂ ਕਿਹਾ ਵੀ ਚਲੋ ਇਹ ਨਾਲ ਗਿਫਟ ਹੋਣਾ ਰਜਾਈਆਂ ਦੇ, ਕਿਤੇ ਰਜਾਈਆਂ ਪਿੱਛੇ ਬਕਸੇ 'ਚ ਹੋਣੀਆਂ। ਉਹ ਕਹਿੰਦੇ ਵੀ ਨਹੀਂ ਇਹੀ ਹੈ ਤੁਹਾਡਾ ਪੈਕਟ, ਇਹੀ ਆਇਆ। ਅਸੀਂ ਕਹਿੰਦਾ ਵੀ ਬੜੇ ਹੈਰਾਨ ਹੋਏ, ਉਹਦੇ ਸਾਹਮਣੇ ਕਹਿ ਵੀ ਨਹੀਂ ਸਕਦੇ ਹੁਣ। ਫਟਾਫਟ ਉਹਦੇ ਜਾਣ ਤੋਂ ਬਾਅਦ ਕਹਿੰਦਾ ਖੋਲ੍ਹ ਕੇ ਦੇਖਿਆ ਤਾਂ ਨਿੱਕੇ ਨਿੱਕੇ ਦੋ ਬੜੇ ਬਰੀਕ ਬਰੀਕ ਜਿਹੇ ਜਿਹਨੂੰ ਕੰਬਲ ਜਿਹੇ ਕੰਬਲ ਟਾਈਪ ਕਹਿ ਸਕਦੇ, ਬਿਲਕੁਲ ਬਰੀਕ ਬਰੀਕ ਰਜਾਈਆਂ ਵੀ ਨਹੀਂ, ਹਾਥੀ ਉੱਤੇ ਛਪੇ ਹੋਏ ਸੀ ਬੜੇ ਵਧੀਆ। ਅਤੇ ਉਹ ਕਹਿੰਦਾ ਵੀ ਅਸੀਂ ਕਿਹਾ ਵੀ ਸ਼ਾਇਦ ਇਹੀ ਕੁਛ ਇਹਦੇ 'ਚ ਕੋਈ ਕਰਾਮਾਤ ਹੋਊਗੀ ਵੀ ਲੈ ਕੇ ਬਾਹਰ ਬਹਿੰਦੇ 10 ਮਿੰਟ ਬਾਹਰ ਬੈਠ ਕੇ। ਅਤੇ ਉਹ ਕਹਿੰਦਾ ਵੀ ਬਸ ਨਮੂਨੀਆਂ ਹੁੰਦੇ ਹੁੰਦੇ ਬਚਿਆ, ਕੋਈ ਸਿਰ ਪੈਰ ਨਹੀਂ ਉਸ ਚੀਜ਼ ਦਾ, ਕੋਈ ਲੈਣ ਦੇਣ ਨਹੀਂ, ਕੋਈ ਸਿਰਫ ਇੱਕ ਠੱਗੀ ਮਾਰੀ। ਹੁਣ ਕਹਿੰਦੇ ਫੋਨ ਅਸੀਂ ਬਣਾਈ ਜਾਂਦੇ, ਜਿਹੜੇ ਫੋਨ 'ਤੇ ਫੋਨ ਆਉਂਦਾ ਸੀ ਉੱਥੇ ਲਿਖਿਆ ਹੁੰਦਾ ਸੀਗਾ, ਅਤੇ ਉਹ ਫੋਨ ਹੁਣ ਕੋਈ ਚੱਕਦਾ ਨਹੀਂ। ਇਹ ਉਹਨੇ ਦੱਸੀ ਹੈ ਜੀ ਰਜਾਈ ਦੀ ਘਟਨਾ, ਵੀ ਅੱਜ ਕੱਲ੍ਹ ਰਜਾਈਆਂ ਦੀ ਚਲੋ ਗੱਲ ਚੱਲਦੀ ਆ, ਠੰਡ ਦੀ ਗੱਲ ਚੱਲਦੀ ਆ, ਤਾਂ ਉਹ ਇਸ ਰਜਾਈ ਦੇ ਵਿੱਚ ਫਸ ਗਿਆ। 1400 ਦੀ ਗੱਲ, 2000 ਦੀ ਗੱਲ ਆ ਚਲੋ। ਤੂੰ ਕਹਿੰਦਾ ਵੀ ਘਰਵਾਲੀ ਨੇ ਮੇਰੀ ਨੇ ਕਿਹਾ ਬਥੇਰਾ ਵੀ ਤੂੰ ਨਾ ਪੰਗੇ ਲੈ, ਇਹੋ ਜਿਹੇ ਔਨਲਾਈਨ ਬਹੁਤ ਪੰਗੇ ਪੈਂਦੇ ਹੁੰਦੇ ਆ। ਸੋ ਅੱਜ ਇਹੀ ਗੱਲਾਂ ਆਪਾਂ ਕਰਨੀਆਂ ਕਿ ਖਰੀਦਦਾਰੀ ਤੁਸੀਂ ਕਰਦੇ ਸਮੇਂ ਇਸ ਤਰ੍ਹਾਂ ਦੀ ਕੋਈ ਠੱਗੀ ਵੱਜੀ ਹੋਵੇ, ਚਾਹੇ ਸਟੋਰ ਦੇ ਵਿੱਚ, ਚਾਹੇ ਕੋਈ ਚੀਜ਼ ਹੋਰ ਲੈਣ ਗਏ ਹੋਵੋ, ਮਤਲਬ ਇੱਥੇ ਸਟੋਰਾਂ ਦੇ ਵਿੱਚ ਤਾਂ ਕੋਈ ਜ਼ੋਰ ਤਾਂ ਪਾਉਂਦਾ ਹੀ ਨਹੀਂ ਆ ਭੈਣ ਜੀ। ਦੇਖੋ ਜਿਹੜੇ ਥਾਨਾਂ ਦੇ ਥਾਨ ਮੂਹਰੇ ਖੋਲ੍ਹ ਕੇ ਨਹੀਂ ਛੱਡਦੇ, ਆਹ ਦੇਖੋ ਜੀ, ਆਹ ਦੇਖੋ, ਆਹ ਦੇਖੋ ਭੈਣ ਜੀ, ਲਾ ਕੇ ਦਿਖਾਉਂਦੇ ਤੁਹਾਡੇ 'ਤੇ ਬੜਾ ਸੋਹਣਾ ਲੱਗਣਾ ਸੂਟ ਆ। ਮੈਂ ਕਹਿੰਦਾ ਇੱਕ ਦੀ ਜਗ੍ਹਾ 2 ਲਓ, ਤਾਂ ਉਹ ਕਰ ਕਰਾ ਕੇ ਇੱਥੇ ਤਾਂ ਹੈ ਨਹੀਂ ਚੀਜ਼, ਚੱਕੋ ਅਤੇ ਪੈਸੇ ਦੇ ਦਿਓ। ਪਰ ਫਿਰ ਵੀ ਜਿਹੜੀਆਂ ਠੱਗੀਆਂ ਨੇ ਉਹ ਧੜਾ ਧੜ ਹੋ ਹੀ ਜਾਂਦੀਆਂ ਨੇ। ਔਨਲਾਈਨ ਜਿਹੜੀਆਂ ਨੇ ਉਹ ਠੱਗੀਆਂ ਕਾਫੀ ਚੱਲ ਰਹੀਆਂ ਨੇ, ਔਨਲਾਈਨ ਫੋਨ ਆਉਂਦੇ ਨੇ, ਔਨਲਾਈਨ ਕੁਛ ਹੁੰਦੇ ਨੇ। ਆਹ ਹੁਣ ਫਿਰ ਅੱਜ ਸ਼ੁਰੂ ਹੋ ਗਿਆ ਕੰਮ, ਇੱਕ IRS ਵਾਲਾ ਠੱਗੀਆਂ, ਅਤੇ ਇੱਕ ਫੋਨ ਆਉਂਦਾ ਉਹ ਹੀ ਪੈਸੇ ਜਮ੍ਹਾਂ ਕਰਾਉਣ ਨੂੰ, ਜਾਂ ਤੁਹਾਡੀ ਇੰਨੀ ਲਾਟਰੀ ਨਿਕਲ ਗਈ ਹੈ, ਤੁਹਾਡੇ ਇੰਨੇ ਪੈਸੇ 7.5 ਲੱਖ ਪਾਊਂਡ ਰੁਪਿਆ ਇੰਨੇ ਜਮ੍ਹਾਂ ਕਰਾਓ। ਔਰ ਇਹ ਆਪਾਂ ਕਈ ਵਾਰੀ ਗੱਲਾਂ ਸਾਂਝੀਆਂ ਕੀਤੀਆਂ, ਤਾਂ ਅੱਜ ਦਾ ਪ੍ਰੋਗਰਾਮ ਵੀ ਇਹ ਸਪੈਸ਼ਲ ਇਸੇ ਕਰਕੇ ਹੋਏਗਾ ਕਿ ਅਵੇਅਰ ਕਰਨ ਵਾਸਤੇ, ਤੁਹਾਨੂੰ ਅਵੇਅਰ ਕਰਨ ਵਾਸਤੇ। ਵੈਸੇ ਅੱਜ ਦੇ ਦਿਨ ਅਵੇਅਰ ਹੀ ਕਰੀਦਾ, ਲੀਡਰਾਂ ਤੋਂ ਅਵੇਅਰ ਕਰੀਦਾ, ਪੁਲਿਸ ਤੋਂ ਕਰੀਦਾ, ਜਾਂ ਹੋਰ ਬਾਬੇ ਜਿਹੜੇ ਹੈਗੇ ਨੇ ਉਹਨਾਂ ਤੋਂ ਅਵੇਅਰ ਕਰੀਦਾ ਵੀ ਮਤਲਬ ਸਾਡੇ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਤਾਂ ਹੁਣ ਇੱਕ ਠੱਗੀਆਂ ਜਿਹੜੀਆਂ ਔਨਲਾਈਨ ਠੱਗੀ ਹੈਗੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਹੋ ਸਕਦਾ ਸਾਡੇ ਬਾਹਲੇ ਦਰਸ਼ਕ ਔਨਲਾਈਨ ਜਾਂਦੇ ਹੀ ਨਾ ਹੋਣ, ਔਰ ਬਾਹਲੇ ਦਰਸ਼ਕ ਇਹੋ ਜਿਹੇ ਵੀ ਹੋਣਗੇ, ਉਹ ਕਹਿਣਗੇ ਜੀ ਅਸੀਂ ਇੱਧਰੋਂ ਸਟੋਰ 'ਚੋਂ ਵੀ ਕਦੇ ਨਹੀਂ ਕੋਈ ਕੱਪੜਾ ਖਰੀਦਿਆ, ਆਪਾਂ ਕੁੜਤੇ ਪਜਾਮੇ ਇੰਡੀਆ ਤੋਂ ਬਣਵਾ ਕੇ ਲਈ, ਤਾਂ ਪੱਕਾ ਟੇਲਰ ਰੱਖਿਆ ਉਹਨੂੰ ਫੋਨ ਕਰੀਦਾ, ਨਾਪਾ ਉਹਦੇ ਕੋਲ ਹੈਗਾ,
ਉਹ ਸੀ ਕੇ ਇੱਥੇ ਭੇਜਦਾ ਪ੍ਰਿੰਟਡ ਮੀਡੀਆ। ਬਹੁਤੇ ਲੋਕ ਐਸੇ ਵੀ ਹੋਣਗੇ, ਪਰ ਅੱਜ ਕੱਲ੍ਹ ਜਿਹੜਾ ਰੁਝਾਨ ਹੈਗਾ ਬੱਚਿਆਂ ਦਾ ਖਾਸ ਤੌਰ 'ਤੇ, ਸਾਡੇ ਵੀ ਇੱਕ ਮੰਗਾਇਆ ਸੀ ਇਹਨਾਂ ਨੇ ਕੁਛ ਨਿਆਣਿਆਂ ਨੇ, ਤਾਂ ਉਹ ਨਹੀਂ ਸੀ ਵਧੀਆ ਚੀਜ਼ ਉਹ ਨਿਕਲੀ, ਅਤੇ ਨਾ ਮੁੜ ਕੇ ਉਹਦਾ ਕਰ ਸਕਦੇ ਕੁੰਡ ਦੇ ਪਈਆਂ। ਮੈਂ ਵੀ ਨਿਊਯਾਰਕ ਹੁੰਦੇ ਸੀ, ਦੋ ਤਿੰਨ ਚੀਜ਼ਾਂ ਮੰਗਾਈਆਂ ਸੀ, ਮੈਂ ਕਿਹਾ ਸ਼ਰਟ ਬੜੀ ਵਧੀਆ ਲੱਗੀ ਸੀ, ਬਹੁਤ ਵਧੀਆ ਲੱਗੀ ਸੀ, ਅਤੇ ਉਹ ਤਾਂ ਮੈਂ ਮਤਲਬ ਮੁੜ ਕੇ ਘਰਦਿਆਂ ਨੂੰ ਵੀ ਨਹੀਂ ਦਿਖਾਈ ਮੈਂ ਮੰਗਾਈ ਹੈ, ਉੱਤੇ ਸੈੱਟ ਸੁੱਟ ਦਿੱਤੀ, ਤਿੰਨ ਚਾਰ ਚੀਜ਼ਾਂ ਇਹੋ ਜਿਹੀਆਂ ਹੈਗੀਆਂ। ਕੋਈ ਤੁਹਾਡਾ ਇਹੋ ਜਿਹਾ ਤਜਰਬਾ ਰਿਹਾ ਹੋਵੇ ਤਾਂ ਜ਼ਰੂਰ ਸਾਂਝਾ ਕਰੋ। ਅੱਜ ਆਪਾਂ ਇਹ ਖਰੀਦਦਾਰੀ ਦੇ ਵਿੱਚ ਠੱਗੀਆਂ ਜਿਹੜੀਆਂ ਵੱਜਦੀਆਂ ਉਹਨਾਂ ਦੀ ਗੱਲ ਕਰਨੀ ਹੈ। ਕੋਈ ਹੋਰ ਠੱਗੀ ਅੱਜ ਕੱਲ੍ਹ ਕੋਈ ਫੋਨ ਫੂਨ ਕਿਸੇ ਨੂੰ ਆਉਂਦਾ ਹੋਵੇ ਤਾਂ ਉਹ ਵੀ ਜ਼ਰੂਰ ਸਾਂਝਾ ਕਰੋ ਸਾਡੇ ਦਰਸ਼ਕਾਂ ਨਾਲ, ਤਾਂ ਕਿ ਅਸੀਂ ਅਵੇਅਰ ਕਰ ਸਕੀਏ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਠੱਗੀਆਂ ਦੇ ਵਿੱਚ ਔਨਲਾਈਨ ਠੱਗੀਆਂ ਦੀ ਗੱਲ ਚੱਲਦੀ ਹੈ। ਹਾਸਾ ਮੈਨੂੰ ਤਾਂ ਆ ਰਿਹਾ ਵੀ ਦਵਿੰਦਰ ਹੋਠੀ ਨੂੰ ਫੋਨ ਲਾਈਨ 'ਤੇ ਲਿਆ ਹੋਇਆ, ਅਤੇ ਜਿਹੜੀ ਮੈਂ ਸਟੋਰੀ ਸੁਣਾ ਕੇ ਹਟਿਆ ਰਜਾਈਆਂ ਵਾਲੀ, ਅਤੇ ਇਹ ਵੀ ਸੁੱਖ ਨਾਲ ਮੈਨੂੰ ਲੱਗਦਾ ਉਸੇ ਸਟੋਰੀ ਦੇ ਨੇੜੇ ਤੇੜੇ, ਇਹ ਹੁਣ ਇਹ ਸਮਝ ਸਕਦੇ ਵੀ ਪੰਜਾਬ ਵਾਲੀ ਸਟੋਰੀ ਵੀ ਹੈ ਅਤੇ ਅਮਰੀਕਾ ਦੀ ਸਟੋਰੀ ਵੀ ਹੈ। ਦਵਿੰਦਰ ਬਹੁਤ ਬਹੁਤ ਸਵਾਗਤ, ਹੋਰ ਰਜਾਈ ਕਿਤੇ ਠੰਡ ਰੋਕਦੀ? ਥੈਂਕ ਯੂ ਭਾਅ ਜੀ, ਸਤਿ ਸ਼੍ਰੀ ਅਕਾਲ। ਦੇਖੋ ਜਦ ਤੱਕ ਹੈ ਰਜਾਈ ਦੀ ਗੱਲ ਨਾ, ਜਿਹੜੀ ਤੁਸੀਂ ਗੱਲ ਦੱਸੀ ਆ ਹੂਬ ਹੂ 100% ਇਸੇ ਤਰ੍ਹਾਂ ਨਾ ਮੇਰੇ ਨਾਲ ਹੋਈ ਆ, ਤੇ ਉਹ ਵੀ ਬਿਲਕੁਲ ਉਹੀ ਜੈਪੁਰੀ ਰਜਾਈ। ਮੈਂ ਖੈਰ ਐਮਾਜੋਨ ਤੋਂ ਮੰਗਾਈ, ਆਪਣੇ ਕੋਲ ਆਪਸ਼ਨ ਸੀ ਆਪਾਂ ਵਾਪਸ ਕਰ ਸਕਦੇ ਸੀ ਜੇ ਨਹੀਂ ਸੀ ਪਾਬੰਦ, ਪਰ ਮੈਂ ਰੱਖ ਲਈ ਮੈਂ। ਪਰ ਜੋ ਕੁਛ ਉੱਤੇ ਬਿਲਕੁਲ ਉਹ ਲਿਖਿਆ ਪਿਆ ਵੀ ਇੱਦਾਂ ਦੀ ਹਾਥੀਆਂ ਦੀ ਫੋਟੋ ਉੱਤੇ, ਤੇ ਉਹ ਦੇਖਣ ਨੂੰ ਲੱਗਦੀ ਕਿ ਬੜੀ ਵਧੀਆ ਜੀ, ਉਹ ਘੈਂਟ ਜੀ ਰਜਾਈ ਆ। ਸੇਮ ਹੀ ਜਮਾ ਸਟੋਰੀ, ਸੇਮ ਪੰਜਾਬ ਦੀ ਸਟੋਰੀ, ਸੇਮ। ਅਤੇ ਉਹ ਜਦੋਂ ਮੈਂ ਜਦੋਂ ਕੱਢੀ ਤੇ ਵਿੱਚੋਂ ਸਾਰੇ ਘਰ ਦੇ ਵਿੱਚ ਚਲਾ ਕਰ ਰਹੇ, ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਮੰਗਾਉਣ ਨੂੰ ਹਨਾ, ਤੇ ਉਹ ਵਿੱਚੋਂ ਬਸ ਉਹ ਜਿੱਦਾਂ ਇੱਥੇ ਵਿਛਾਉਣ ਥੱਲੇ ਸਿਆਣ ਵਿਛਾਉਣ ਨੂੰ ਮੋਟੀਆਂ ਚਾਦਰਾਂ ਨਹੀਂ ਹੁੰਦੀਆਂ ਏਦਾਂ ਦੀ ਹੈ, ਤਾਂ ਮੈਂ ਆਹੀ ਬਸ ਇੱਕ ਵਾਰੀ ਕੱਢ ਕੇ ਰੱਖ ਕੇ ਮੁੜ ਕੇ ਸਟੋਰੇਜ ਵਿੱਚ ਰੱਖਿਆ ਸੀ, ਜਿੱਦਣ ਤੁਸੀਂ ਆਏ ਉਦਣ ਕੱਢਾਂਗੇ ਹੁਣ ਤੁਹਾਨੂੰ ਦਿਖਾਵਾਂਗੇ। ਜੇ ਇਹੀ ਇਹ ਰਜਾਈ ਨਿਊਯਾਰਕ ਲੈ ਜਾਈਏ ਤੇ ਕਰੂ ਕੰਮ, ਨਿਊਯਾਰਕ ਕਰਨੀ ਬਰਫ ਦੇ ਵਿੱਚ ਏਰੀਆ ਚਲੋ ਤੁਹਾਡੇ ਵਾਲੇ ਪਾਸੇ ਹੁੰਦੀ ਉਧਰ, ਜੇ ਜੇ ਥੱਲੋਂ ਦੀ ਬਨੈਣ ਪਾਈ ਹੋਊਗੀ ਮੇਰੇ ਕੰਮ ਕਰ। ਅੱਛਾ, ਵੈਸੇ ਹੱਦ ਹੈ, ਮਤਲਬ ਕਿ ਮੈਂ ਵੀ ਜਿੱਦਾਂ ਗੱਲ ਕੀਤੀ, ਮੈਂ ਪਹਿਲਾਂ ਮੰਗਾਈ ਹੈ ਉੱਥੋਂ, ਮੰਗਾਇਆ ਸਮਾਨ, ਮੰਗਾਉਣਾ ਸਮਾਨ ਤਕਰੀਬਨ ਮੰਗਾਈ ਦਾ ਸਹੀ ਵੀ ਨਿਕਲਦਾ, ਐਸੀ ਗੱਲ ਨਹੀਂ ਹੈਗੀ। ਨਹੀਂ ਸਮਾਨ ਦੇਖੋ ਜਿੱਦਾਂ ਜਿਹੜੀਆਂ ਆਹ ਟਰਸਟਡ ਸਾਈਟਾਂ ਹੈਗੀਆਂ, ਦਾ ਈਬੇ, ਐਮਾਜ਼ੋਨ, ਇਹਨਾਂ ਦਾ ਤਕਰੀਬਨ ਸਮਾਨ ਵਧੀਆ ਆਉਂਦਾ, ਆਪਣੇ ਕੋਲ ਆਪਸ਼ਨ ਹੁੰਦਾ, ਨਾ ਚੰਗਾ ਲੱਗਿਆ ਆਪਾਂ ਮੋੜ ਸਕਦੇ ਹਾਂ। ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਉਹ ਮੈਂ ਜਾਣ ਕੇ ਨਹੀਂ ਮੋੜੀ ਰੱਖ ਲਈ, ਵੀ ਚਲੋ ਹੋਰ ਕਿਸੇ ਨੂੰ ਦਿਖਾ ਲਓ। ਇੱਕ ਜਿਹੜੀ ਹੈਰਾਨੀ ਦੀ ਗੱਲ ਸੀ ਨਾ ਜਿਹੜੀ ਮੈਂ ਵਿੱਚ ਦੱਸਣੀ ਤੁਹਾਨੂੰ ਭੁੱਲ ਗਿਆ, ਅਰਜਾਈ ਹਜੇ ਉੱਥੋਂ ਤੁਰੀ ਨਹੀਂ ਸੀ, ਉਹ ਜਿਹੜੇ ਬੰਦੇ ਸੀ ਵੇਚਣ ਵਾਲੇ ਮੇਰਾ ਫੋਨ ਲੈ ਗਏ, ਪਤਾ ਨੀ ਕਿੱਥੋਂ ਪਤੰਦਰ ਮੈਨੂੰ ਫੋਨ ਕਰਨ ਲੱਗ ਪਿਆ ਸਿੱਧੇ ਅਰਜਾਈ ਵੇਚਣ ਵਾਲੇ। ਅੱਛਾ, ਤੇ ਸਾਨੂੰ ਸਾਨੂੰ ਜਿਹੜੇ ਰੇਟ ਕਰਦੇ, ਕਹਿੰਦੇ 5 star ਦੇ, ਸਾਨੂੰ ਥੱਲੇ ਕਮੈਂਟ ਕਰਦੇ ਸਾਡਾ ਛੋਟਾ ਬਿਜ਼ਨਸ ਆ, ਤੇ ਸਾਨੂੰ ਨਹੀਂ ਐਮਾਜ਼ੋਨ ਨੇ ਬਾਹਰ ਕਰ ਦੇਣਾ, ਏਦਾਂ ਔਰਾ ਪਰਾ। ਮੈਂ ਕਿਹਾ ਭਾਈ ਸਾਰਾ ਕੁਛ ਸਹੀ ਸਹੀ ਆ। ਅੱਛਾ, 2-3 ਵਾਰੀ ਫੋਨ ਆਇਆ, 2-3 ਵਾਰੀ ਮੈਂ ਉਹਨੂੰ ਸਿੱਧਾ ਗਿਆ, ਮੈਂ ਕਿਹਾ ਦੇਖ ਭਾਈ ਲਾਡ ਹੋਇਆ ਖਾਣ ਪੀਣ ਦਾ, ਏਦਾਂ ਦਾ ਕੋਈ ਲਾਡ ਨੀ, ਮੈਂ ਕਿਹਾ ਮੈਂ ਤੈਨੂੰ 5 star ਦਊਂਗਾ ਪੂਰੇ ਜਿੰਨੇ ਹੋਏ ਸਾਰੇ ਦੇ ਸਾਰੇ ਦੇ ਦੂੰ, ਪਰ ਪਹਿਲਾਂ ਰਜਾਈ ਆਉਣ ਤੇ। ਨਹੀਂ ਨਹੀਂ ਕਹਿੰਦੇ ਚਲੋ ਸਰਾਰਤ ਤੋਂ ਬਾਅਦ ਜਿਹੜੇ ਸਰਵਿਸ ਦੱਸਦੇ ਵੀ ਅਸੀਂ ਸਰਵਿਸ ਦੀ ਕਿੱਦਾਂ ਕੇਅਰ ਕੀਤੀ ਆ, ਉਹ ਪਹਿਲਾਂ ਲਿਖਦੇ। ਮੈਂ ਕਿਹਾ ਵਜੇ ਇਹ ਫਿਰ ਉਹੀ ਗੱਲ, ਇੱਦਾਂ ਕੁਛ ਨਹੀਂ ਲਿਖਣਾ, ਨਜ਼ਰ ਰਜਾਈ ਨਹੀਂ ਆਉਂਦੀ, ਬਸ ਜਿੱਦਾਂ ਰਜਾਈ ਪਹੁੰਚ ਗਈ ਮੁੜ ਕੇ ਅੱਜ ਫੋਨ ਆਉਂਦਾ ਪਤੰਦਰਾਂ ਦਾ, ਫਿਰ ਪਤਾ ਵੀ ਹੁਣ ਗਾਲਾਂ ਪੈਣੀਆਂ। ਮੈਂ ਗਾਲਾਂ ਤੇ ਕੀ ਉਹਨਾਂ ਨੂੰ, ਨਾ ਹੋ ਤਾਂ ਆਪਾਂ ਮੋੜ ਸਕਦੇ ਫਿਰ ਉਹੀ ਗੱਲ, ਪਰ ਬਸ ਰੱਖ ਲਈ ਆ, ਹੈਗੀ ਆ ਪਈ ਚੱਲ ਵੈਸੇ ਦਿਖਾਉਣ ਵਾਸਤੇ। ਔਨਲਾਈਨ ਕਿੰਨੀਆਂ ਕੋ ਇਦਾਂ ਦੀਆਂ ਠੱਗੀਆਂ ਅੱਜ ਕੱਲ ਕਿਹੜੀਆਂ ਕਿਹੜੀਆਂ ਚੱਲਦੀਆਂ ਨੇ ਠੱਗੀਆਂ ਬਾਜ਼ਾਰ 'ਚ ਆਪਣੇ ਅਮਰੀਕਾ 'ਚ? ਦੇਖੋ ਭਾਜੀ, ਔਨਲਾਈਨ ਤੇ ਜਿਹੜੀਆਂ ਠੱਗੀਆਂ ਦੇ, ਜਦੋਂ ਵੀ ਤੁਹਾਡੇ ਤੋਂ ਮੰਗਦੇ ਕਿਤੇ ਵੀ ਕਾਰਡ, ਕਈਆਂ ਥਾਵਾਂ ਦੇ ਉੱਤੇ ਮੰਗਦੇ ਆ ਹਨਾ, ਉਹ ਸਾਰੀ ਠੱਗੀ ਹੁੰਦੀ ਆ, ਜਿੱਦਾਂ ਟੈਲੀਫੋਨ ਕਰਕੇ ਆਪਾਂ ਨੂੰ ਕਰਦੇ ਆ ਹਨਾ, ਟੈਲੀਫੋਨਾਂ ਤੇ ਬਹੁਤ ਆ ਅੱਜ ਕੱਲ੍ਹ, ਜਿਹੜੀ ਜ਼ਿਆਦਾ ਮਸ਼ਹੂਰ ਹੋਈ ਆ ਉਹ ਇਹ ਕਰਦੇ ਆ ਵੀ ਫੋਨ ਕਰਦੇ ਆ ਤੁਹਾਡੇ ਅੱਧੇ ਅੱਧੇ ਬਿੱਲ ਤਾਰਦੇ ਹੈਗੇ, ਠੀਕ ਆ, ਵੀ ਤੁਹਾਡੇ ਅੱਧੇ ਪੈਸੇ ਲੈ ਕੇ, ਮਤਲਬ ਤੁਹਾਡੇ ਅੱਧੇ ਪੈਸੇ ਲੈ ਕੇ ਤੁਹਾਡੇ ਪੂਰੇ ਬਿੱਲ ਤਾਰਦੇ ਆ, ਜਿੰਨੇ ਦਾ ਮਰਜ਼ੀ ਹੋਵੇ। ਅੱਛਾ ਅੱਛਾ ਨਹੀਂ, ਕ੍ਰੈਡਿਟ ਕਾਰਡਾਂ ਦੇ ਵੀ ਬਿੱਲ ਤਾਰ ਦਾਂਗੇ ਸਾਰੇ? ਹਾਂਜੀ, ਜੇ ਕੋਈ ਵੀ ਬਿੱਲ ਹੋਵੇ ਅਸੀਂ ਤੁਹਾਡੇ ਬਿੱਲ ਤਾਰ ਦਾਂਗੇ, ਪਹਿਲਾਂ ਬਿੱਲ ਤਾਰਾਂਗੇ, ਬਾਅਦ 'ਚ ਤੁਹਾਡੇ ਤੋਂ ਅੱਧੇ ਪੈਸੇ ਲਵਾਂਗੇ, ਤੇ ਅਸੀਂ ਚਲੋ ਜਦੋਂ ਵਿਹਲੇ ਹੋਏ ਦਾ ਸ਼ੁਕਲ ਮੇਲਾ ਕਰਦੇ ਤਾਂ ਹੈਗਾ, ਤਾਂ ਫਰੋਡ ਇਹ ਪਤਾ ਹੀ ਆ। ਇੱਕ ਦਿਨ ਫੋਨ ਆ ਗਿਆ, ਤੇ ਮੈਂ ਕਿਹਾ ਇੱਦਾਂ ਕਰੋ ਵੀ ਤਾਰ ਦੋ, ਮੈਂ ਟਰੱਕ ਲਿਆ, ਮੈਂ ਕਿਹਾ ਵੀ 1,40,000 ਮੈਂ ਪੇਮੈਂਟ ਰਹਿੰਦੀ ਆ ਵੀ ਤਾਰ ਦੋ, ਮੈਂ ਕਿਹਾ ਮੇਰੇ ਤੋਂ ਅੱਧੇ ਲੈ ਲਿਓ, ਮੈਂ ਫਿਰ ਭੱਜੇ ਫਿਰਨ। ਨਹੀਂ ਨਹੀਂ ਨਹੀਂ, ਪਹਿਲਾਂ ਥੋੜ੍ਹਾ ਜਿਹਾ ਤਾਰ ਕੇ ਦੇਖ ਲਾ, ਪਹਿਲਾਂ 200 ਦਾ ਜਾਂ $100 ਦਾ ਕੋਈ ਬਿੱਲ ਤਾਰ ਕੇ ਦੇ, ਉਸ ਤਰ੍ਹਾਂ ਟੈਲੀਫੋਨ ਕਿਹੜਾ, ਉਹ ਮੈਂ ਬਾਵਾ ਚੱਜ ਵਿਹਲੇ ਹੋਏ ਤਾਂ ਲੱਗੇ ਨਹੀਂ, ਤਾਂ ਮੈਂ ਕਿਹਾ ਦੇਖ ਕੁਛ ਨੀ, ਇਹ ਵੀ ਆ ਵੀ ਬਾਕੀ ਆਈ ਆਰ ਐਸ ਵਾਲੇ ਆਪਾਂ ਨੂੰ ਪਤਾ ਹਨਾ ਵੀ ਨਕਲੀ ਆਈ ਨਕਲੀ। ਮੈਨੂੰ ਫੋਨ ਆਉਂਦਾ ਅਕਸਰ, ਮੈਂ ਕੱਟ ਦਿੰਦਾ ਉਹਨੂੰ, ਤੇ ਉਹ ਕਹਿੰਦੇ ਜੀ ਅਸੀਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ। ਹਾਂਜੀ ਹਾਂਜੀ, ਉਹ ਵੀ ਬਹੁਤ ਆਉਂਦਾ ਵੀ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਉਹ ਹੈਕ ਹੋ ਚੁੱਕੀ ਹੈ,
ਵੀ ਸਾਨੂੰ ਤੁਸੀਂ ਉਹ ਕਰੋ ਘਰ ਨੰਬਰ ਦਿਵਾਓ, ਆਹ ਦਿਵਾਓ ਆਹ ਦਿਵਾਓ ਗੱਲ ਕਰਨ ਵਾਸਤੇ, ਤਾਂ ਬੜਾ, ਪਰ ਮੈਂ ਘੱਟ ਦਿੰਦਾ, ਮੈਂ ਵੀ ਹੁਣ ਸੋਚਦਾ ਕਿਸ ਦਿਨ ਦਬਾ ਕੇ ਦੇਖ ਹੀ ਲਈਏ ਕੀ ਨਿਕਲਦਾ। ਨਹੀਂ ਨਹੀਂ ਦਵਾ ਕੇ ਦੇਖ ਲਿਓ, ਜਿੱਦਾਂ ਇੱਥੇ ਦਿਨ ਸੀਗਾ ਤੇ ਏਰੀਆ ਦੇ ਵਿੱਚ ਰਾਤ ਸੀ ਨਾ, ਮੈਨੂੰ ਆਇਆ ਤੇ ਉਦਣ ਮੇਰੇ ਆਪਣੇ ਟਰਾਲੇ ਦਾ ਟਾਇਰ ਪਟਾ ਸੀ ਤੇ ਮੈਂ ਖੜਾ ਸੀਗਾ ਤੇ ਮੈਂ ਉਡੀਕਦਾ ਸੀ ਟਾਇਰ ਪਾਉਣ ਵਾਲੇ ਨੂੰ, ਤੂੰ ਫੋਨ ਇਹਨਾਂ ਦਾ ਆ ਗਿਆ, ਕਹਿੰਦੇ ਇੱਕ ਦਬਾਓ, ਮੈਂ ਬੈਠਾ ਹੀ ਦਬਾਤਾ ਜੀ, ਦਬਾਤਾ ਤੇ ਇੰਡੀਆ ਵਿੱਚ ਰਾਤ ਸੀ ਤੇ ਉੱਥੇ ਜਾ ਕੇ ਫੋਨ ਲੱਗਾ ਤੇ ਉਹ ਕੁੜੀ ਨੇ ਮੂਹਰੇ ਫੋਨ ਚੱਕਿਆ, ਸੁੱਤੀ ਪਈ ਦੀ ਉਹਦੀ ਆਵਾਜ਼ ਹੈ ਨਾ, ਅੱਛਾ ਅੱਛਾ ਤੇਜ਼ ਦਾ ਆਵਾਜ਼, ਕੰਮ ਤੇ ਸੌਂਗੀ ਹੋਣੀ ਆ ਕੇ। ਹਾਂ ਜੀ, ਕੰਮ ਤੇ ਹੋ ਜਾ ਕਰ ਜੋ ਵੀ ਆ ਤੇ ਸੁੱਤੀ ਪਈ, ਪਤਾ ਲੱਗੇ ਪੂਰੀ ਆਵਾਜ਼, ਮੈਂ ਪੈਂਦੇ ਪੈਰੋਂ ਕਿਹਾ ਆਵਾਜ਼ ਦੇਣਾ, ਮੈਂ ਕਿਹਾ ਹਾਂਜੀ ਬਈ ਰਾਣੀ ਜੀ ਕਿਆ ਹੋ ਗਿਆ, ਬਈ ਰਾਣੀ ਜੀ ਉਹ ਖੜਖੜਾ ਗਏ, ਹੱਸ ਪਈ, ਖੜਖੜਾ ਗਏ ਉੱਚੀ ਉੱਚੀ ਲੱਗ ਗਏ, ਉਹਦੇ ਕਿਸੇ ਨੇ ਪੁੱਛਿਆ ਕੀ ਹੋਇਆ, ਆ ਬੋਲਤਾ ਬਈਆ ਰਾਣੀ ਜੀ ਕਿਆ ਹੋਇਆ, ਚਾਚਾ ਫੇਰ ਮੈਨੂੰ ਕਹਿੰਦੀ ਓਕੇ ਓਕੇ ਬੋਲੋ ਬੋਲੋ, ਮੈਂ ਕਿਹਾ ਦੇਖੋ ਮੈਂ ਕੀ ਬੋਲਾਂ, ਮੈਂ ਕਿਹਾ ਫੋਨ ਤੇ ਤੁਸੀਂ ਕੀਤਾ, ਮੈਂ ਕਿਹਾ ਕਿਆ ਹੋ ਗਿਆ ਮੇਰੀ ਸੋਸ਼ਲ ਸਿਕਿਉਰਿਟੀ ਕੋ, ਮੈਂ ਜਾਣ ਕੇ ਮਜ਼ਾਕ ਨਾ ਪਕਾ ਦਊ, ਚੱਲ ਫੋਨ ਕੱਟਤਾ ਇਹਨੇ, ਚੱਲ ਫੋਨ ਕੱਟ ਕੇ ਹੋ ਗਏ। ਸੋ ਆਹ ਚੀਜ਼ਾਂ ਆ ਤੇ ਜੇ ਤੁਸੀਂ ਮਾੜਾ ਡਰ ਗਏ, ਇੱਕ ਹੋਰ ਵੀ ਕਾਫੀ ਚੱਲਦਾ ਹੈ, ਕਾਫੀ ਇੱਕ ਜਿਹੜਾ ਬਹੁਤ ਅਵੇਅਰ ਵੀ ਕਰਦੀ ਪੁਲਿਸ ਵੀ ਅਵੇਅਰ ਕਰਦੀ ਹੈ, ਘਰਾਂ ਦੇ ਵਿੱਚ ਆਉਂਦੇ ਨੇ ਲੋਕ ਖੋਲ੍ਹਣਾ ਨਹੀਂ ਚਾਹੀਦਾ, ਇਹ ਵੀ ਕਹਿੰਦੀ ਪੁਲਿਸ ਤੁਸੀਂ ਜੇ ਨਿਆਣੇ ਨੂੰ ਦਰਵਾਜ਼ਾ ਨਾ ਖੋਲ੍ਹਣ ਭੇਜੋ ਕਦੇ ਵੀ, ਪਹਿਲਾਂ ਦੇਖੋ ਕੌਣ ਹੈ, ਕੈਮਰੇ 'ਚ ਦੇਖੋ ਕੌਣ ਹੈ, ਫਿਰ ਜੇ ਕੋਈ ਆਉਂਦਾ ਵੀ ਹੈ ਕਿਸੇ ਮਤਲਬ ਮੰਨ ਲਓ ਇੱਦਾਂ, ਤਾਂ ਤੁਸੀਂ ਇਹ ਸ਼ੋਅ ਕਰੋ ਬਾਹਰ ਖੜ੍ਹੇ ਬੰਦੇ ਨੂੰ ਬਈ ਘਰੇ ਮੈਂ ਇਕੱਲਾ ਨਹੀਂ ਜਾਂ ਇਕੱਲੀ ਨਹੀਂ ਹੈਗੀ, ਅਤੇ ਉੱਪਰੋਂ ਆਵਾਜ਼ ਮਾਰੋ ਉੱਪਰਲੇ ਨੂੰ ਕਿਸੇ ਨੂੰ ਵੀ ਆਹ ਦੇਖੀ ਥੱਲੇ ਕੌਣ ਹੈ, ਬਾਹਰ ਦਰਵਾਜ਼ਾ ਦੇਖੋ ਬੈੱਲ ਵੱਜੀ ਆ, ਦੇਖੋ ਅਮਰੀਕਾ ਦੇ ਵਿੱਚ ਸਾਨੂੰ ਤੇ ਇਸ ਚੀਜ਼ ਦੀ ਸਪੈਸ਼ਲ ਆ, ਜਿਹੜੀ ਤੁਸੀਂ ਗੱਲ ਦੱਸੀ ਆ ਸਾਨੂੰ ਸਪੈਸ਼ਲ ਇਸ ਚੀਜ਼ ਦੀ, ਉਹ ਟ੍ਰੇਨਿੰਗ ਦੇ ਕੇ ਜਾਂਦੇ ਆ ਫਾਲ ਚੈੱਕ ਵਾਲੀ ਪੁਲਿਸ ਵਾਲੇ ਆਉਂਦੇ ਆ ਕਮਿਊਨਿਟੀ ਨਾ, ਉਹ ਵਿੱਚ ਸਾਰੀਆਂ ਇਹ ਗੱਲਾਂ ਦੱਸ ਕੇ ਕਹਿੰਦੇ ਕਈ ਵਾਰੀ ਆਪਾਂ ਚੈਨ ਨੂੰ ਟਰਸਟ ਕਰ ਲਈਦਾ, ਚਿਫ ਸੰਗਲੀ ਜੀ ਨਹੀਂ ਲਈ ਹੁੰਦੀ, ਤੇ ਕਹਿੰਦੇ ਵੀ ਉਹ ਨਾ ਸੋਚੋ ਜਦੋਂ ਉਹ ਕਰਦੇ ਆ ਮੋਸਟਲੀ ਕਹਿੰਦੇ ਉਹ ਭੇਤੀ ਹੁੰਦੇ ਆ। ਇੱਕ ਆਪਣੇ ਬਜ਼ੁਰਗ ਦੇ ਨਾਲ ਕੀ ਹੋਇਆ ਸੀ, ਘਰ ਦੇ ਵਿੱਚ ਪੀਜੀਐਨਈ ਵਾਲੇ ਬਣ ਕੇ ਆ ਗਏ, ਪਿਤਾ ਬੱਤੀ ਠੀਕ ਕਰਨੀ, ਅੰਦਰੋਂ ਫੋਨ ਕੀਤਾ ਆ, ਤੇ ਉਹਦੇ ਵਿਚਾਰੇ ਦੇ ਉਹਦੀ ਪੱਗ ਦੇ ਨਾਲ ਉਹਦੇ ਹੱਥ ਬੰਨ ਕੇ ਕੁੱਟ ਕੁੱਟ ਕੇ ਉਹਨੇ ਪੁੱਛ ਕੇ ਸਾਰਾ ਕੁਛ ਉਹ ਤੋਂ ਲੁੱਟ ਕੇ ਲਗਾਇਆ ਨਾ। ਸੋ ਕਦੀ ਕਦੀ ਬੂਹਾ ਨਾ ਖੋਲੋ ਕਿਸੇ ਨੂੰ, ਕਦੀ ਵੀ ਨਾ ਖੋਲੋ, ਬਾਹਰ ਗੱਲ ਕਰੋ ਕੌਣ ਆ। ਗੱਲ ਕੀਤੀ ਜਿਵੇਂ ਹੋਟਲਾਂ ਦੇ ਵਿੱਚ ਉਹ ਚੇਨ ਲੱਗੀ ਹੁੰਦੀ ਦਰਵਾਜ਼ਾ 6 ਇੰਚੀ ਖੁੱਲਦਾ, ਉਹ ਤਾਂ ਚਲੋ ਘਰਾਂ ਦੇ ਵਿੱਚ ਵੀ ਉਹ ਹੋਟਲਾਂ 'ਚ ਲੱਗੀ, ਘਰਾਂ ਦੇ ਵਿੱਚ ਵੀ ਲੋਕਾਂ ਨੇ ਰੱਖੀ ਆ, ਉਹ ਕਹਿੰਦੇ ਵੀ ਉਹ ਕੁਛ ਵੀ ਨਹੀਂ ਹੈਗਾ, ਉਹ ਕੋਈ ਜ਼ੋਰ ਦੀ ਧੱਕਾ ਮਾਰੇ ਖੁੱਲ੍ਹ ਕੇ ਹੋ ਜਾਂਦਾ। ਫਿਰ ਕਹਿੰਦੇ ਹਾਂਜੀ ਟਾਕੀਆਂ ਦੇ ਵਿੱਚ ਕਹਿੰਦੇ ਪਿੱਛੇ ਬਕਾਇਦਾ ਹੋਰ ਪਿੱਛੇ ਜਿੰਨੀ ਕੁ ਤੁਸੀਂ ਖੋਲ੍ਹਣੀ ਆ ਨਾ ਜਿਹੜੀਆਂ ਥੱਲੇ ਵਾਲੀਆਂ, ਉਹਨਾਂ ਦੇ ਵਿੱਚ ਡੰਡੇ ਦਾ ਉਹ ਕੱਟ ਕੱਟ ਕੇ ਵੀ ਇੱਕ ਗੇਟ ਤੋਂ ਬਾਅਦ ਖੁੱਲ੍ਹੇ ਹੀ ਨਾ, ਉਹ ਤਾਂ ਬਹੁਤ ਕਰ ਰਹੇ ਆ, ਉਹ ਤਾਂ ਟ੍ਰੇਨਿੰਗ ਦੇ ਕੇ ਜਾਂਦੇ ਹਰ ਫਲ ਫਰ ਨਵੀਂ ਤੋਂ ਨਵੀਂ ਚੀਜ਼ ਦੱਸ ਕੇ ਜਾਂਦੇ ਆ। ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ, ਇਹ ਚੀਜ਼ਾਂ ਤਾਂ ਬੜੀਆਂ ਮਤਲਬ ਕੰਮ ਆਉਣ ਵਾਲੀਆਂ ਨੇ ਜੀ। ਜੀ ਉਹ ਤੇ ਉਹਨਾਂ ਨੇ ਇੱਥੋਂ ਤੱਕ ਵੀ ਦੱਸਿਆ, ਕਹਿੰਦੇ ਵੀ ਇੱਕ ਵਾਰੀ ਉਹ ਪੁਲਿਸ ਵਾਲੀ ਵੀ ਟ੍ਰੇਨਿੰਗ ਦਿੰਦੀ, ਕਹਿੰਦੀ ਤੀਜੀ ਮੰਜ਼ਿਲ ਤੋਂ ਕਹਿੰਦੀ ਸਾਈਕਲ ਕਿਸੇ ਦਾ ਬਾਲਕੋਨੀ ਚ ਸਾਈਕਲ ਪਿਆ ਸੀ ਕਿਸੇ ਦੀਆਂ ਅਪਾਰਟਮੈਂਟਾਂ ਚ ਤੀਸਰੀ ਮੰਜ਼ਿਲ ਤੇ, ਕਹਿੰਦੀ ਹੁਣ ਮੈਨੂੰ ਇਹ ਨਾ ਪੁੱਛਿਓ ਵੀ ਉਹ ਕਿੱਦਾਂ ਉੱਤੇ ਚੜਿਆ, ਕਹਿੰਦੀ ਮੈਨੂੰ ਨੀ ਪਤਾ, ਪਰ ਕਹਿੰਦੀ ਇਹ ਗੱਲ ਸੱਚੀ ਆ ਕਿ ਤੀਜੀ ਮੰਜ਼ਿਲ ਤੋਂ ਬਾਲਕੋਨੀ ਚੋ ਕਿੰਨਾ $30-40 ਦਾ ਸਾਈਕਲ ਉਹ ਚੱਕ ਕੇ ਲੈ ਗਿਆ ਬੱਚੇ ਦਾ ਸਾਈਕਲ। ਉਹ ਕਹਿੰਦੇ ਵੀ ਕੌਣ ਲੋਕ ਹੋਣਗੇ ਇਹ, ਕੌਣ ਡਰੱਗੀ ਹੋਣਗੇ ਜਾਂ ਕੌਣ ਮਤਲਬ ਇਹ ਚੱਕੀ ਭਾਜੀ, ਇਹ ਤੇ ਚੋਰ ਜਿਹੜੇ ਇਦਾਂ ਦੇ ਹੁੰਦੇ ਆ, ਹੋਰ ਆਮ ਬੰਦਾ ਚੋਰੀ ਕਿੱਥੇ ਕਰਦਾ, ਜਾਂ ਫਿਰ ਜਿਹੜੇ ਰਾਤ ਨੂੰ ਤੁਰੇ ਫਿਰਦੇ ਆ ਬਾਹਰ ਹੋਮਲੈਸ ਜਾਂ। ਚਲੋ ਅੱਛਾ, ਕੈਨੇਡਾ ਦੀ ਵੀ ਆਹ ਵੀਡੀਓ ਸੀਗੀ ਮੇਰੇ ਖਿਆਲ, ਉਹ ਤਾਂ ਸ਼ਾਇਦ ਪੰਜਾਬੀ ਹੋਈ ਸੀਗਾ ਵੀ ਫੋਨ ਤੇ ਪਰਸ ਲੈ ਕੇ ਭੱਜਿਆ ਭੱਜਿਆ ਸੀ, ਫੜ ਲਿਆ ਪੁਲਿਸ ਨੇ। ਨਹੀਂ ਇਹ ਗੱਲ ਨਹੀਂ ਮੈਂ ਸੁਣੀ, ਅੱਛਾ ਜੀ ਹੋ ਗਿਆ, ਹੁਣ ਬੜਾ ਕੁਛ ਹੋ ਰਿਹਾ ਜੀ, ਇਹ ਤਾਂ ਬਚਾਅ ਦੇ ਵਿੱਚ ਬਚਾਅ ਆ। ਠੀਕ, ਧਿਆਨ ਵੀ ਉਹਦੇ ਧਿਆਨ ਰੱਖਣਾ ਚਾਹੀਦਾ, ਉੱਧਰ ਵੀ ਹੁਣ ਬੀਬੀਆਂ ਜਦੋਂ ਚੱਲ ਜਾਂਦੀਆਂ ਐਨ ਕੰਨ ਕੁੰਨ ਸਜਾ ਕੇ, ਤਾਂ ਉੱਪਰ ਚੁੰਨੀ ਕੰਨ ਦੇ ਉੱਪਰ ਦੀ ਗੱਲ, ਤਾਂ ਵਾਲੀ ਪਾਈ ਹੁੰਦੀ ਮੋਟੀ ਜੀ, ਤਾਂ ਬਾਅਦ 'ਚ ਪਤਾ ਲੱਗਦਾ ਕੰਨ ਵੀ ਨਾਲ ਇੰਨਾ ਕੁ ਚਲੇ ਗਿਆ ਅਤੇ ਵਾਲੀ ਵੀ ਗਈ। ਕੋਈ ਚੀਜ਼ ਕਿਸੇ ਵਾਸਤੇ ਕੁਛ ਵੀ ਨਹੀਂ ਹੁੰਦੀ, ਛੋਟੀ ਜਿਹੀ ਹੁੰਦੀ ਆ, ਕਿਸੇ ਵਾਸਤੇ ਬਹੁਤ ਵੱਡੀ ਹੁੰਦੀ ਆ। ਕੋਈ ਬਜ਼ੁਰਗ ਮਾਈ ਸੀ ਸੇਫਵੇ ਦੇ ਵਿੱਚੋਂ ਨਾ, ਵਿਚਾਰੀ ਆਪਣੀ ਗਰੋਸਰੀ ਲੈ ਗਿਆ, ਦੋ ਤਿੰਨ ਸੈਲਰ ਦੇ ਸੀਗੇ ਫੁੱਲ ਤੇ ਦੋ ਤਿੰਨ ਬ੍ਰੈਡ ਹੋਣਗੇ, ਹਨਾ ਕੀ ਲੈਣਾ ਸੀ ਉਹਨੇ, ਉਹ ਆਪਣੀ ਕਾਰ ਦੀ ਡਿੱਗੀ ਦੇ ਵਿੱਚ ਉਹਨੇ ਰੱਖਿਆ ਤੇ ਰੱਖ ਕੇ ਉਹਨੂੰ ਕੁਛ ਯਾਦ ਆ ਗਿਆ ਪਿੰਦਰ ਕੁਛ ਭੁੱਲ ਗਈ, ਉਹ ਦੁਬਾਰਾ ਫੇਸ ਵਿੱਚ ਫੇਰ ਜਾ ਵੜੀ। ਅੱਛਾ, ਤੇ ਉਹਦੀ ਆਉਂਦੀ ਨੂੰ ਉਹਦੀ ਕਾਰ ਦਾ ਪਹਿਲਾਂ ਸ਼ੀਸ਼ਾ ਭੰਨਿਆ, ਸ਼ੀਸ਼ਾ ਭੰਨ ਕੇ ਡੋਰ ਖੋਲੀ, ਡੋਰ ਖੋਲ ਕੇ ਟਰੰਕ ਖੋਲਿਆ, ਟਰੰਕ ਖੋਲ ਕੇ ਉਹਦੇ ਝੋਲਾ ਚੱਕ ਕੇ ਤਿੱਤਰ ਹੋਏ, ਵਿੱਚੋਂ ਕੱਢਣ ਕੋਲ ਕੁਝ ਵੀ ਨਹੀਂ। ਉਹ ਕਹਿੰਦੀ ਫਿਰ $20 ਦੀ ਗਰੋਸਰੀ ਨਹੀਂ ਸੀ ਵਿੱਚ, ਨਾਲ ਸ਼ੀਸ਼ਾ ਭੰਨਤਾ ਵੱਖਰਾ। ਇੱਕ ਕਈ ਵਾਰੀ ਅਸੀਂ ਸੀਟ ਦੇ ਉੱਪਰ ਕੋਈ ਚੀਜ਼ ਰੱਖ ਦਿੰਦੇ ਆ, ਫੋਨ ਰੱਖ ਦਿੰਦੇ ਜਾਂ ਕੁਛ ਰੱਖ ਦਿੰਦੇ ਆ, ਜਾਂ ਚੀਜ਼ ਪਈ ਰਹਿਣ ਦਿੰਦੇ, ਆਪ ਚੱਲ ਜਾਂਦੇ ਆ। ਮੇਰਾ ਉੱਥੇ ਹੋਇਆ ਇੱਦਾਂ, ਮੈਂ ਮੈਨੂੰ ਵੀ ਉੱਥੇ ਆਦਤ ਸੀ ਨਾ ਬਟੂਆ ਕੱਢ ਕੇ ਜੇਬ ਤੋਂ, ਇੰਡੀਆ ਚੰਡੀਗੜ੍ਹ ਦੀ ਗੱਲ ਹੈ, ਕੱਢ ਕੇ ਮੂਹਰੇ ਰੱਖ ਦੇਣਾ ਆਪਾਂ ਡੈਸ਼ਬੋਰਡ ਦੇ ਉੱਪਰ, ਨਹੀਂ ਪਿਆ ਹੁੰਦੀ ਜਗ੍ਹਾ ਜਿਹੜੀ ਹੁੰਦੀ ਗੱਡੀ ਦੇ ਕਾਰ 'ਚ, ਹਾਂਜੀ ਹਾਂਜੀ, ਉੱਥੇ ਰੱਖ ਦੇਣਾ, ਅਤੇ ਤੂੰ ਉੱਤਰਨਾ ਤਾਂ ਉਦੋਂ ਜੇਬ 'ਚ ਪਾ ਲੈਣਾ। ਤਾਂ ਉਹ ਕੀ ਹੋਇਆ, ਵੇਖ ਦੇਣਾ ਮੈਂ ਜੇਬ 'ਚ ਬੜਾ ਭੁੱਲ ਗਿਆ, ਹਜੇ 3 ਮਿੰਟਾਂ ਬਾਅਦ ਹੀ ਵਾਪਸ ਆਇਆ ਅਤੇ ਗਾਇਬ।
ਗਾਇਬ ਗਾਇਬ ਇਹਦੇ ਕਾਰਨ ਜਾਂ ਕਾਰਾਂ ਗਾਇਬ ਹੋ ਜਾਂਦੀਆਂ, ਲੋਕੀ ਸਟਾਰਟ ਕਰਕੇ ਸਿਰਫ ਅੰਦਰ ਗਾਇਬ ਜਾਂਦੇ ਆ। ਕਵਿਤਾ ਕਵਿਤਾ ਦਵਿੰਦਰ ਕਵਿਤਾ ਵਾਲੇ ਪਾਸੇ ਆਪਾਂ ਹਾਂਜੀ ਭਾਈ, ਚਲੋ ਆਪਾਂ ਸਾਰੇ ਰਲੇ ਮਲੇ ਠੱਗ ਬੱਚੇ ਵਾੜ ਦੇਣੇ ਆ, ਸਾਰੇ ਸਾਰੇ ਠੱਗ ਜਿੱਥੋਂ ਸ਼ੁਰੂ ਹੁੰਦੇ ਆ ਹਾਈ ਲੈਵਲ ਤੋਂ ਥੱਲੇ ਤੱਕ ਹੈ। ਕਹਿੰਦਾ ਵੀ ਠੱਗਣ ਦੇ ਨਿੱਤ ਨਵੇਂ ਬਹਾਨੇ ਲੱਭੀ ਜਾ, ਦੁਨੀਆ ਠੱਗ ਹੋਣ ਨੂੰ ਕਾਹਲੀ ਆ, ਬਸ ਤੂੰ ਠੱਗੀ ਜਾ, ਵਿੱਚ ਕੋਈ ਸ਼ੱਕ ਨਹੀਂ। ਕਹਿੰਦਾ ਕਹਿੰਦਾ ਕਿੱਦਾਂ ਜਿੱਦਾਂ ਮਰਜ਼ੀ ਕਰ ਲਾ, ਕਹਿੰਦਾ ਜਾਂ ਤੂੰ ਬਣ ਜਾ, ਕਹਿੰਦਾ ਸਾਧ ਪਖੰਡੀ ਜਾਂ ਤੂੰ ਬਣ ਜਾ ਨੇਤਾ, ਸਾਰੇ ਦੇਸ਼ ਦਾ ਆਪਣੇ ਹੱਥ ਚ ਕਰ ਲਾ ਬਜਰੀ ਰੇਤਾ, ਤੇ ਕਹਿੰਦਾ ਜਾਂ ਤੂੰ ਪਾ ਕੇ ਲੰਬਾ ਚੋਲਾ, ਖੋਲ ਲਾ ਕਿਧਰੇ ਡੇਰਾ, ਫਿਰ ਮਿੱਟੀ ਬੱਟਾ ਪਾਣੀ ਧਾਗਾ ਸਭ ਕੁਛ ਵਿਕੂਗਾ ਤੇਰਾ। ਕਹਿੰਦਾ ਸਿਰਾਂ ਦੇ ਉੱਤੇ ਹੱਥ ਰੱਖ ਰੱਖ ਕੇ ਛੱਡੀ ਜਾ, ਦੁਨੀਆ ਠੱਗ ਹੋਣ ਨੂੰ ਕਾਹਲੀ ਆ, ਬਸ ਤੂੰ ਠੱਗੀ ਆ। ਬਿਲਕੁਲ ਬਿਲਕੁਲ। ਕਹਿੰਦਾ ਜਾਂ IRS ਵਾਲਾ ਬਣ ਕੇ ਭਈਆ ਫੋਨ ਘੁਮਾ ਦੇ, ਤੇ ਤੂੰ ਤੇ ਕਾਕਾ ਟੈਕਸ ਨੀ ਦਿੱਤਾ ਕਹਿ ਕੇ ਉਹਨੂੰ ਡਰਾ ਦੇ, ਜਾਂ ਫਿਰ ਕਹਿ ਦੇ ਅੱਧੇ ਪੈਸਿਆਂ ਵਿੱਚ ਤੇਰੇ ਤਾਰ ਦੋ ਪੂਰੇ ਬਿੱਲ, ਧੋਖਾ ਆਪਾਂ ਜਮਾ ਨੀ ਕਰਨਾ, ਬਸ ਛੱਡੀ ਨਾ ਤੂੰ ਦਿਲ। ਤੇ ਜੇ ਕੋਈ ਮੋਹਰੇ ਗਾਲਾਂ ਕੱਢੇ, ਤੇ ਕਹਿੰਦੇ ਗਾਲਾਂ ਖਾ ਕੇ ਸ਼ਰਮਾ ਵਾਂਗੂ ਦੰਦੀਆਂ ਕੱਢੀ ਆ, ਦੁਨੀਆ ਠੱਗ ਹੋਣ ਨੂੰ ਕਾਹਲੀ ਆ, ਬਸ ਤੂੰ ਠੱਗੀ ਆ। ਤੇ ਇੱਕ ਸ਼ੇਰ ਹੋਰ ਮੈਂ ਕਰ ਲਿਆ, ਕਹਿੰਦਾ ਵੀ ਜਾਂ ਤੂੰ ਪੰਜਾਬ ਚ ਏਜੰਟ ਬਣ ਕੇ ਕਿਹਾ ਮੁੰਡਾ ਭੇਜ ਦੂ ਵਿੱਚ ਅਮਰੀਕਾ, ਤੇ ਅਮਰੀਕਾ ਦੇ ਪੈਸੇ ਲੈ ਕੇ ਧੱਕ ਦੇ ਵਿੱਚ ਅਫਰੀਕਾ। ਕਹਿੰਦਾ ਪੈਸੇ ਲੈ ਕੇ ਫੋਨ ਨੀ ਚੱਕਣਾ, ਤੇ ਨਾ ਤੂੰ ਉਧਰ ਜਾਵੀਂ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਮੁੰਡਾ ਪੂਛ ਪੜਾਵੀ। ਕਹਿੰਦਾ ਫਿਰ ਬੁੜੇ ਨੂੰ ਕਹਿ ਹੁਣ ਮੁੰਡਾ ਆਪਣਾ ਲੱਭੀ ਜਾ, ਦੁਨੀਆ ਠੱਗ ਹੋਣ ਨੂੰ ਕਾਹਲੀ ਆ, ਤੂੰ ਠੱਗੀ ਆ, ਤੇ ਦੁਨੀਆ ਠੱਗ ਹੋਣ ਨੂੰ ਕਾਹਲੀ ਆ, ਬਸ ਠੱਗੀ ਆ। ਮਿਹਰਬਾਨੀ ਦਵਿੰਦਰ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸਮਾਂ ਥੋੜ੍ਹਾ ਜਿਹਾ ਅੱਜ ਜ਼ਿਆਦਾ ਹੀ ਲਿਆ ਗਿਆ, ਬਾਕੀ ਇਹ ਗੱਲਾਂ ਬੜੀਆਂ ਸੱਚੀਆਂ ਗੱਲਾਂ ਹੈਗੀਆਂ ਸਾਰੀਆਂ। ਆ ਜਿਹੜੀ ਅਫਰੀਕਾ ਦੀ ਗੱਲ ਕੀਤੀ ਹੈ, ਇਹ ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਦੱਸਦਾ। ਤਾਜ਼ੀ ਤਾਜ਼ੀ ਘਟਨਾ, ਇੱਕ ਭਗਵੰਤ ਮਾਨ ਉਹਨਾਂ ਨੂੰ ਵੀਡੀਓ ਕਿਸੇ ਨੇ ਭੇਜੀ ਭੂਟਾਨ ਤੋਂ ਬਣਾ ਕੇ, ਜਿਹਨੂੰ ਅਮਰੀਕਾ ਭੇਜਣਾ ਸੀ ਅਤੇ ਭੂਟਾਨ ਦੇ ਵਿੱਚ ਵੇਚਤਾ, ਉਹਨੂੰ ਵੇਚਤਾ। ਉਦੋਂ ਵੀਡੀਓ ਕਿਸ ਤਰ੍ਹਾਂ ਬਣਾ ਕੇ ਭੇਜੀ, ਮੈਨੂੰ ਬਚਾਓ ਇੱਥੋਂ ਬਚਾਓ, ਐਡਰੈਸ ਅਡਰੈਸ ਕੋਈ ਨਹੀਂ ਦਿੱਤਾ ਵੀ ਕਿਹੜੇ ਕਿੱਥੇ ਹੈਗਾ, ਕਿਹੜੀ ਫੈਕਟਰੀ 'ਚ ਹੈਗਾ। ਸੋ ਇਹ ਚੀਜ਼ਾਂ ਵੀ ਹੈਗੀਆਂ ਨੇ, ਉਹ ਘੁੱਟ ਪੈਸੇ ਲੈ ਲਏ ਬੰਦੇ ਕੋਲੋਂ ਅਮਰੀਕਾ ਭੇਜਣ ਦੇ, ਉਦੋਂ ਬਾਅਦ ਭੂਟਾਨ ਦੇ ਵਿੱਚ ਜਾ ਕੇ ਉਹਨੂੰ ਵੇਚਤਾ, ਉੱਥੇ ਉੱਥੇ ਵਿਕਦੇ ਨੇ ਬੰਦੇ, ਗੁਲਾਮ ਵਿਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਨਾਂ 'ਚੋਂ ਬਚਣ ਦੀ ਲੋੜ ਹੈ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕੋਈ ਇਸ ਤਰ੍ਹਾਂ ਦਾ ਵਾਹ ਵਾਸਤਾ ਪਿਆ ਹੋਵੇ ਤਾਂ ਜ਼ਰੂਰ ਸਾਂਝਾ ਕਰੋ ਸਾਡੇ ਦਰਸ਼ਕਾਂ ਨੇ, ਜਾਂ ਫਿਰ ਅੱਜ ਕੱਲ੍ਹ ਕਿਹੜੀਆਂ ਕਿਹੜੀਆਂ ਠੱਗੀਆਂ ਸਰਗਰਮ ਨੇ ਅਮਰੀਕਾ ਦੇ ਵਿੱਚ, ਇਹ ਗੱਲਬਾਤ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸਪੀ ਜੱਟ। ਜੀ ਬ੍ਰੇਕ ਤੋਂ ਬਾਅਦ ਸਵਾਗਤ ਆ, ਅਤੇ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ ਅੱਜ ਕੱਲ੍ਹ ਦੀਆਂ ਠੱਗੀਆਂ ਬਾਰੇ। ਹੈਲੋ 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 ਜੀ ਜੀ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ ਆ? ਵਧੀਆ ਜੀ। ਕੀ ਵਿਚਾਰ ਨੇ ਠੱਗੀਆਂ ਬਾਰੇ, ਕਿਹੜੀਆਂ ਪ੍ਰਚਲਿਤ ਨੇ ਅੱਜ ਕੱਲ੍ਹ? ਆ ਦੋ ਬੰਦੇ ਤਾਂ ਰਜਾਈ ਨਹੀਂ ਠੱਗਦੇ ਭਰਾਵਾ, ਪੁੱਛਣਾ ਠੱਗੀਆਂ ਬਹੁਤ ਵੱਜਦੀਆਂ, ਜਦੋਂ ਬੰਦਾ ਠੱਗ ਹੋ ਜਾਂਦਾ ਫੇਰ ਹੀ ਪਤਾ ਲੱਗਦਾ। ਔਰ ਠੱਗ ਮੈਂ ਕਹਿੰਦਾ ਜਿਹੜਾ ਬੰਦਾ ਤੇਜ਼ ਆ ਉਹ ਘੱਟ ਠੱਗ ਹੁੰਦਾ, ਜਿਹੜੇ ਆਮ ਨੋਰਮਲ ਬੰਦਾ ਉਹ ਠੱਗਿਆ ਜਾਂਦਾ ਬੜਾ। ਨਹੀਂ ਤੇਜ਼ਾਂ ਨੂੰ ਵੀ ਠੱਗ ਲੈਂਦੇ ਆ, 25 ਸਾਲ ਬਾਪੂ ਠੱਗੀ ਗਿਆ ਸਿੱਖੀ ਦੇ ਨਾਂ ਤੇ ਲੋਕਾਂ ਨੂੰ ਠੱਗ ਠੱਗ ਕੇ। ਉਹ ਠੱਗੀ ਹੋਰ ਆਪਾਂ ਕਦੇ, ਤੁਸੀਂ ਮੰਗਾਇਆ ਔਨਲਾਈਨ ਸਮਾਨ ਇਹਦਾ, ਮੰਗਾਇਆ ਕਿ ਨਹੀਂ ਮੰਗਾਇਆ ਕਦੇ? ਨਹੀਂ ਨਹੀਂ ਜੀ, ਆਪਾਂ ਤਾਂ ਅੰਗਰੇਜ਼ੀ ਆਉਂਦੀ ਨਹੀਂ, ਹਿੰਦੀ ਦੇ 2-4 ਵਾਰੀ ਆਏ ਫੋਨ ਫਾਨ, ਉਹ ਮੁੰਡੇ ਗੱਲਾਂ ਕਰਦੇ ਸੀ, ਐਂ ਕਰਾ ਲਓ ਕੋਈ ਫੋਨ ਫਾਨ ਕਰਾ। ਮੈਂ ਕਿਹਾ ਬਈ ਮੇਰੀ ਇੱਕ ਸਮੱਸਿਆ ਵੀ ਮੈਂ ਵਿਆਹ ਕਰਾਉਣਾ, ਕੋਈ ਕੁੜੀ ਕੜੀ ਹੈਗੀ ਤਾਂ ਮੈਨੂੰ ਦੇਖ ਕੇ ਦੱਸੋ। ਅੱਛਾ, ਫੇਰ ਬੰਦ ਕਰ ਦੋ ਫੋਨ, ਫੋਨ ਕੱਟ ਕੇ ਨੱਠ ਜਾਂਦੇ ਆ। 2-3 ਵਾਰੀ ਹੋਈ ਗੱਲ, ਤੇ ਮੈਂ ਕਿਹਾ ਬਈ ਮੇਰੀ ਤਾਂ ਆਹ ਸਮੱਸਿਆ, ਜੇ ਤੁਸੀਂ ਹੱਲ ਕਰ ਸਕਦੇ ਤਾਂ ਕਰਾ ਦਿਓ, ਹੋਰ ਤਾਂ ਮੈਨੂੰ ਕੁਛ ਨਹੀਂ ਚਾਹੀਦਾ। ਤੇ ਉਹ ਕੱਟ ਜਾਂਦੇ ਫੋਨ, ਦੌੜ ਜਾਂਦੇ ਜੀ। ਬਾਕੀ ਅੰਗਰੇਜ਼ੀ ਦੇ ਆਉਂਦੇ ਕਈ, ਹੁਣ ਅਸੀਂ ਚੱਕੀ ਤੇ ਨਹੀਂ, ਪਤਾ ਨਹੀਂ ਹੋਊਗੇ ਤਾਂ ਕਈ, ਜਿਹਨਾਂ ਨੂੰ ਹੁਣ ਬੋਲੀ ਆਉਂਦੀ ਉਹਨਾਂ ਨੂੰ ਪਤਾ ਹੋਊਗਾ ਜੀ। ਹਾਂ ਨਹੀਂ ਆਉਂਦੇ ਫੋਨ ਇੱਦਾਂ, ਹੁਣ ਕਾਫੀ ਆਉਂਦੇ ਨੇ ਬਾਕੀ। ਹਾਂ ਜੀ, ਤੇ ਬਾਕੀ ਗੱਲ ਕੀਤੀ ਸੀ ਤੇ ਰਜਾਈਆਂ ਦੇ, ਤੁਹਾਡੇ ਏਰੀਏ 'ਚ ਵੀ ਠੱਗਿਆ ਬੰਦਾ ਰਜਾਈ ਨੇ ਤਾਂ? ਬਾਕੀ ਕਹਿੰਦੇ ਬੇਈਮਾਨ ਮਖੌਟਿਆਂ ਦਾ ਰੂਪ ਸਮੇਂ ਦੇ ਹੱਥੀ ਟਿਕੀ ਜਾਂਦਾ ਏ, ਸੱਚ ਮੇਰਾ ਸੁਣਦਾ ਨਾ ਕੋਈ ਤੇ ਉਹ ਝੂਠ ਉਹਦਾ ਵਿਕੀ ਜਾਂਦਾ ਏ। ਜਹਾਲਤ ਦੀ ਜਿੱਤ ਦਾ ਸੂਰਜ ਭਰ ਜੋਬਨ ਤੇ ਆਇਆ, ਅਕਲਾਂ ਦੇ ਚੰਨ ਨੇ ਖੋਰੇ ਮੂੰਹ ਕਿਉਂ ਹੈ ਛੁਪਾਇਆ, ਨਪੁਸਕ ਸੋਚਾਂ ਦਾ ਪੱਥਰ ਨੀਹਾਂ ਵਿੱਚ ਟਿਕੀ ਜਾਂਦਾ ਏ, ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ ਉਹਦਾ ਵਿਕੀ ਜਾਂਦਾ ਏ। ਉੱਚੀਆਂ ਬਸੂਰੀਆਂ ਆਵਾਜ਼ਾਂ ਗੱਲਾਂ ਦੱਬਿਆ ਹੈ ਸੁਰਾਂ ਦਾ, ਹੋਰ ਕਿੰਨੀ ਕੁ ਦੇਰ ਪੰਜਾਬ ਵਸਦਾ ਰਹੇਗਾ ਗੁਰਾਂ ਦਾ, ਨਕਸ਼ਾ ਖੇਬਰ ਤੇ ਤਿਬਤ ਤੱਕ ਟੋਟੇ ਟੋਟੇ ਹੋ ਮਿੱਟੀ ਜਾਂਦਾ ਏ, ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ ਉਹਦਾ ਵਿਕੀ ਜਾਂਦਾ ਏ। ਸਾਡੀ ਰੰਗੀ ਤੇ ਵੱਖਰੀ ਵੱਖਰੀ, ਉਹਨਾਂ ਦਾ ਸਾਰਾ ਲਵਾਸ ਸਿੱਕੋ, ਜੋਸ਼ ਨਾਲ ਨਾ ਜਿੱਤ ਹੋਵਣ ਜੰਗਾਂ, ਕੁੱਝ ਤਾਂ ਤੁਸੀਂ ਵੀ ਹੁਣ ਹੋਸ਼ ਸਿੱਕੋ, ਲੋਕਤੰਤਰ ਵੱਧ ਸਿਰਾਂ ਦੇ ਸਿਰ ਤੇ, ਬਹੁ ਗਿਣਤੀ ਹੱਥੋਂ ਪਿੱਟੀ ਜਾਂਦਾ ਏ, ਸੱਚ ਮੇਰਾ ਸੁਣਦਾ ਨਾ ਕੋਈ ਉਹਦਾ ਝੂਠ ਵਿਕੀ ਜਾਂਦਾ ਏ। ਟੇਕ ਦੇ ਮੱਥੇ ਸਾਰੀ ਉਮਰ ਗੁਜਰੀ, ਨਾ ਸਨਮੁਖ ਤੇ ਨਾ ਮਨਮੁਖ ਹੋਇਆ,
ਪੂਜਾ ਕਰਦਾ ਕਰਦਾ ਬੁੱਤਾਂ ਦੀ, ਮੈਂ ਵੀ ਬੇਜਾਨਕ ਬੁੱਤ ਜਿਹਾ ਹੋਇਆ। ਨਗਾਰ ਖਾਨੇ ਚ ਤੂਤੀ ਦੀ ਕੌਣ ਸੁਣਦਾ, ਵਿਛੂ ਐਵੇਂ ਕਵਿਤਾ ਲਿਖੀ ਜਾਂਦਾ ਏ, ਸੱਚ ਮੇਰਾ ਕੋਈ ਸੁਣਦਾ ਨੀ ਉਹਦਾ ਝੂਠ ਵਿਕੀ ਜਾਂਦਾ, ਸੱਚ ਕੋਈ ਮੇਰਾ ਸੁਣਦਾ ਨੀ ਉਹਦਾ ਝੂਠ ਵਿਕੀ ਜਾਂਦਾ ਜੀ। ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਹੈਲੋ 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 ਜੀ, ਸਤਿ ਸ੍ਰੀ ਅਕਾਲ। ਹਾਂਜੀ, ਇਸ ਲਾਈਵ ਸ਼ੋਅ ਤੇ ਜੱਗੀ ਭਾਈ ਨਾ? ਹਾਂਜੀ, ਲਾਈਵ ਤੁਹਾਡੀ ਕਾਲ ਲਾਈਵ ਲੱਗੀ ਹੈ ਜੀ, ਪੂਰੀ ਦੁਨੀਆ 'ਚ ਤੁਹਾਡੀ ਆਵਾਜ਼ ਸੁਣੀ ਜਾ ਰਹੀ ਹੈ। ਟੀਵੀ 'ਤੇ 5-7 ਸੈਕਿੰਡ ਬਾਅਦ 'ਚ ਆਉਂਦੀ ਹੈ ਤੁਹਾਡੀ, ਆਪਣੇ ਜਿਹੜੇ ਆ। ਹਾਂਜੀ ਹਾਂਜੀ, ਜੱਗੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਜੀ? ਮੈਂ ਦੀਪਾ ਢੇਸੀ ਬੋਲਦਾ ਜੀ, ਬੇਕਰ ਸਵੀਟ ਕੈਲੀਫੋਰਨੀਆ। ਵਾਹ ਜੀ ਵਾਹ ਦੀਪਾ ਭਾਜੀ, ਕੀ ਹਾਲ ਚਾਲ ਹੈ? ਹਾਂਜੀ, ਬਹੁਤ ਵਧੀਆ। ਮੈਂ ਦੱਸਣਾ ਜੀ, ਜਿਹੜੇ ਤੁਹਾਡਾ ਪ੍ਰੋਗਰਾਮ ਚੱਲਦਾ ਲਾਈਵ ਆਪਣੇ ਇੰਟਰਨੈਟ ਠੱਗੀ ਦਾ। ਹਾਂਜੀ ਹਾਂਜੀ, ਮੈਂ ਬਹੁਤ ਪੁਰਾਣੀ ਤੁਹਾਨੂੰ ਸਟੋਰੀ ਸ਼ੇਅਰ ਕਰਨਾ ਚਾਹੁੰਦਾ, ਇਹ ਤਾਂ ਇੰਟਰਨੈਟ ਪਰ ਮੈਂ ਲਾਈਵ ਠੱਗੀ ਦਾ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ। ਜੀ ਜ਼ਰੂਰ, ਲਾਈਵ ਚੱਲਦਾ ਦੀਪੇ ਭਾਜੀ ਪ੍ਰੋਗਰਾਮ, ਤੁਸੀਂ ਕਰੋ ਸ਼ੇਅਰ ਫਟਾਫਟ। ਨਹੀਂ ਮੈਂ ਕਿਹਾ ਜਿੱਦਾਂ ਲਾਈਵ ਠੱਗੀ ਕਿਸੇ ਨੇ ਮਾਰੀ, ਤੁਹਾਨੂੰ ਮੈਂ ਸ਼ੇਅਰ ਕਰਨੀ ਚਾਹੁੰਦਾ। ਹਾਂਜੀ ਹਾਂਜੀ ਹਾਂਜੀ, ਇਹ 2007 ਦੀ ਗੱਲ ਆ। ਅਸੀਂ ਭਾਜੀ ਮਨੀਕਰਨ ਗਏ ਗੁਰਦੁਆਰਾ ਸਾਹਿਬ। ਅੱਛਾ। ਉਹਦੇ ਸਾਹਮਣੇ ਦੁਕਾਨ ਸਰਦਾਰ, ਦਾੜੀ ਖੁੱਲੀ ਛੱਡੀ, ਪਗੜੀ ਬੰਨੀ, ਤੇ ਉਹਦੀ ਫੋਟੋ ਦੀ ਦੁਕਾਨ ਸੀ। ਅੱਛਾ ਜੀ। ਤੁਹਾਡੇ ਉੱਥੇ ਦੀਆਂ ਹਿਮਾਚਲ ਦੀ ਯੂਨੀਫਾਰਮ ਪਾ ਕੇ ਹਸਬੈਂਡ ਵਾਈਫ ਦੇ ਤੁਹਾਡੀਆਂ ਫੋਟੋਆਂ ਖਿੱਚਦੇ ਆ, ਉਹ ਆਪਣੇ ਪਾਣੀ ਦੇ ਕੋਲ ਆ ਕੇ, ਤਾਂ ਬਾਹ ਵੱਡਾ ਸਾਇਜ ਆ ਛੋਟਾ ਸਾ। ਉਹ ਉਸ ਟਾਈਮ ਤੇ 2007 ਦੀ ਗੱਲ, ਉਹਨੇ $1200 ਸਾਡਾ ਫੋਟੋ ਦਾ ਬਣਾਇਆ ਜੀ, $1200 ਸੋਰੀ, ਕਹਿੰਦਾ $1200 ਸੋਰੀ। ਅੱਛਾ ਹਾਂਜੀ ਠੀਕ ਹੈ। ਬਣਾਇਆ ਤੇ ਸਾਨੂੰ ਕਹਿੰਦਾ ਜੀ ਇਹ ਤਿਆਰ ਹੋਣ ਨੂੰ ਲੱਗਣੇ ਜੀ 2 ਦਿਨ। ਕਹਿੰਦੇ ਅੱਜ ਵਾਪਸ ਮੁੜ ਜਾਣਾ ਸ਼ਾਮ ਨੂੰ, ਤੇ ਤੁਸੀਂ ਕਹਿੰਦਾ ਇੱਥੇ ਕਰੋ ਕਰ ਦਾਂਗੇ। ਹਾਂਜੀ, ਅਮਰੀਕਾ ਦਾ ਐਡਰੈਸ ਦਿਓ ਸਾਨੂੰ। ਅੱਛਾ ਹਾਂਜੀ, ਤੁਸੀਂ ਪੈਸੇ ਦੇ ਦਿਓ ਤੇ ਅਮਰੀਕਾ ਦਾ ਐਡਰੈਸ, ਤੁਹਾਡੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਤੁਹਾਡੀਆਂ ਫੋਟੋਆਂ ਪਹੁੰਚ ਜਾਣਗੀਆਂ। ਫਿਰ ਉਹ ਅੱਜ ਹੀ 2007 ਤੋਂ ਬਾਅਦ ਅੱਜ ਚੱਲਦਾ ਸੀ ਫੋਟੋਆਂ ਡੀਕੀ ਜਾਣੇ ਅੱਜ ਤੱਕ ਨਹੀਂ ਆਈ, ਜਿਹੜੀਆਂ ਆਪਣੇ ਆਪਣੇ ਫੋਨ ਨਾਲ ਖਿੱਚਦੇ ਉਹੀ ਪੱਲੇ ਰਹਿ ਗਏ ਆ, ਉਹ ਜਿਹੜੀਆਂ ਉੱਥੇ ਦੀਆਂ ਹੋ ਗਈਆਂ। ਦੀਪਾ ਭਾਜੀ ਤੁਹਾਡਾ ਇਹ ਤਾਂ ਕੁਛ ਵੀ ਨਹੀਂ। ਮੈਂ ਪਹਿਲਾਂ ਉੱਥੇ ਜਿੱਥੇ ਮਕੈਨਿਕੀ ਕਰਦਾ ਸੀ, ਚਲੋ ਕੈਸਟਾਂ ਕੁਸਟਾਉਣੀ ਸ਼ੁਰੂ ਹੋ ਗਈ ਸੀ, ਸ਼ੋਪ ਰੱਖੀ ਹੋਈ ਸੀ, ਮੁੰਡਾ ਰੱਖਿਆ ਸੀ ਉੱਥੇ ਚੰਡੀਗੜ੍ਹ। ਹਾਂਜੀ ਹਾਂਜੀ, ਬਿਜਲੀ ਦਾ ਬਿੱਲ ਜਮਾ ਕਰਾਉਣ ਗਿਆ, ਮੈਂ ਗੱਡੀ 'ਚ ਬੈਠਾ ਸੀ, ਮੁੰਡਾ ਲਾਈਨ 'ਚ ਲੱਗ ਕੇ ਬਿਜਲੀ ਦਾ ਬਿੱਲ ਜਮਾ ਕਰਾ ਰਿਹਾ ਸੀ। ਠੀਕ, ਇੱਕ ਬੰਦਾ ਆਇਆ ਕਹਿੰਦਾ ਜੇ ਤੁਸੀਂ ਉਹ ਜਗਤਾਰ ਜੱਗੀ ਜੀ, ਤੁਹਾਡੀਆਂ ਬੜੀਆਂ ਕੈਸਟਾਂ ਸੁਣੀਆਂ ਭਗਵੰਤ ਮਾਨ ਅਜੇ ਉਹ ਕਰਦਾ, ਕਰਾਉਂਦਾ ਤੁਸੀਂ ਕਿੱਧਰ? ਮੈਂ ਕਿਹਾ ਮੁੰਡਾ ਲਾਈਨ 'ਚ ਲੱਗ ਗਿਆ ਬਿੱਲ ਜਮਾ ਕਰਾਉਣ ਲੱਗੇ। ਲੈ ਮੇਰੀ ਭੂਆ ਮੁੰਡਾ ਕਹਿੰਦਾ ਅੰਦਰ ਲੱਗਿਆ, ਲਿਆਓ ਬਿੱਲ ਫੜਾਓ ਮੈਨੂੰ, ਲੈ ਹੱਥ ਦਿਓਗੇ ਤੁਸੀਂ ਲਾਈਨ 'ਚ ਹੁਣ ਲੱਗੋਗੇ। ₹1500 ਦਾ ਬਿੱਲ ਸੀ ਅਤੇ ਨਾਲ ਬਿੱਲ ਵੀ ਲੈ ਗਿਆ, ₹1500 ਵੀ ਲੈ ਗਿਆ। ਹੁਣ ਆਉਂਦਾ ਮੁੜ ਕੇ ₹5 ਦੇ ਕੇ ਡੁਪਲੀਕੇਟ ਬਿੱਲ ਕਢਾਇਆ ਤੇ ਫਿਰ ਚਲੋ ਉਹ ਗੱਲ ਆਪਾਂ ਇੰਟਰਨੈਟ ਦੀ ਤਾਂ ਕਹਿੰਦੇ ਠੱਗੀ, ਸਾਹਮੋ ਸਾਹਮਣੀ ਠੱਗੀ ਦਾ। ਮੈਂ ਉਹ ਫਿਰ ਮੁੰਡੇ ਆਪਣੇ ਨਾ ਗੱਡੀਆਂ ਵਾਲੇ ਦੁਆਰਾ ਜਾਂਦੇ ਰਹੇ ਤੇ ਮਨੀਕਾ ਨੂੰ ਹੋਰ ਸੰਗਤ ਨੂੰ ਲੈ ਕੇ, ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਆਹ ਡਰੈਸ ਆ, ਤੇ ਭਾਈ ਸਾਹਿਬ ਉਹਨੂੰ ਕਿਹਾ ਵੀ ਚਲੋ ਜਿਹੜੇ ਪੈਸੇ ਗਏ ਤਾਂ ਉਹਦਾ ਗਿਆ, ਵੀ ਤੂੰ ਕਿਉਂ ਗੁਰੂ ਘਰ ਦੇ ਸਾਹਮਣੇ ਬੈਠਾ, ਗੁਰੂ ਦਾ ਸਿੰਘ ਬਣ ਕੇ ਕਿਉਂ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ ਨਾ। ਨਹੀਂ ਨਹੀਂ ਆਹੋ ਪਤਾ ਕਰਨਾ ਚਾਹੀਦਾ, ਹੋ ਸਕਦਾ ਉਹਨੇ ਐਡਰੈਸ ਗਲਤ ਗੁਲਤ ਹੋਵੇ ਜਾਂ ਭੇਜੀਆਂ ਹੋਣ ਤੇ ਮਿਲੀਆਂ ਨਾ ਹੋਣ, ਇਹ ਵੀ ਹੋ ਸਕਦਾ। ਨਹੀਂ ਨਹੀਂ ਨਹੀਂ, ਉਹ ਜੀ ਉਹ ਕਹਿੰਦੇ ਦੁਕਾਨ ਹੀ ਲੱਭੀ ਜੀ ਮੁੜ ਕੇ। ਦਰਸ਼ਨ ਮੇਲੇ ਹੋ ਸਕਦੇ ਕਰਾਂਗੇ ਤੁਹਾਡੇ ਜ਼ਰੂਰ। ਓਕੇ ਮਿਹਰਬਾਨੀ ਜੀ, ਮਿਹਰਬਾਨੀ ਜੀ। ਲਓ ਜੀ, ਠੱਗੀਆਂ ਦੀ ਗੱਲ, ਮੈਂ ਕਹਿੰਦਾ ਠੱਗੀਆਂ ਕੋਈ ਬੰਦਾ ਐਸਾ ਹੋਊਗਾ ਜਿਹੜਾ ਕਦੇ ਨਹੀਂ ਠੱਗ ਹੋਇਆ ਹੋਊ ਕਿਸੇ ਨਾ ਕਿਸੇ ਤਰੀਕੇ। ਜੇ ਅਸੀਂ ਹੋਰ ਠੱਗੀਆਂ ਦੀ ਗੱਲ ਕਰੀਏ ਤਾਂ ਬਹੁਤ ਮੇਰੇ ਦਿਮਾਗ 'ਚ ਹੀ ਬੜੀਆਂ ਆਈ ਜਾਂਦੀਆਂ ਜਿਹੜੀਆਂ ਮੇਰੇ ਨਾਲ ਵੱਜੀਆਂ ਹੋਈਆਂ। ਸੋ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਨਾ ਕੋਈ ਹੋਣਗੀ, ਜਾਂ ਕਦੇ ਨਾ ਕਦੇ ਐਸੀ ਕੋਈ ਨਾ ਕੋਈ ਘਟਨਾ ਵਾਪਰੀ ਹੋਏਗੀ ਜਿਹਦੇ 'ਤੇ ਤੁਸੀਂ ਅਵੇਅਰ ਕਰਨਾ ਚਾਹੁੰਦੇ ਸਾਡੇ ਬਾਕੀ ਪੰਜਾਬੀਆਂ ਨੂੰ, ਭਾਈ ਇਹੋ ਜਿਹਾ ਕਦੇ ਗੱਲਬਾਤ ਹੋਵੇ ਤਾਂ ਧਿਆਨ ਰੱਖਿਓ ਮਾੜਾ ਜਿਹਾ। ਸੋ ਫਿਲਹਾਲ ਦੇਖ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਜੀ ਬ੍ਰੇਕ ਤੋਂ ਬਾਅਦ, ਅਤੇ ਗੱਲਾਂ ਬਾਤਾਂ ਸਿਲਸਿਲਾ ਜਿਹੜਾ ਉਹ ਅੱਗੇ ਵਧਾਉਂਦੇ ਹਾਂ। ਗੱਲ ਠੱਗੀਆਂ ਦੀ ਜਿਹੜੀ ਚੱਲਦੀ ਹੈ, ਬੜੇ ਨਵੇਂ ਨਵੇਂ ਤਰੀਕੇ ਲੋਕ ਲੱਭ ਰਹਿੰਦੇ ਨੇ, ਬਾਅਦ ਦੇ ਵਿੱਚ ਉਹਨਾਂ 'ਤੇ ਫਿਲਮਾਂ ਵੀ ਬਣਦੀਆਂ ਨੇ। ਮੈਂ ਕਹਿੰਦਾ ਕਈ ਤਾਂ ਫਿਲਮਾਂ ਤੋਂ ਸਿੱਖਦੇ ਨੇ ਬਹੁਤ ਸਾਰੇ ਤਰੀਕੇ। ਇੱਕ ਮੈਂ ਦੇਖਿਆ ਸੀ, ਪੜ੍ਹ ਰਿਹਾ ਸੀ ਕਿਤੇ ਮੈਂ, ਉਹ ਬੰਦਾ ਫੋਨ ਚੋਰੀ ਕਰਦਾ, ਇੰਡੀਆ ਦੀ ਗੱਲ ਹੈ, ਫੋਨ ਚੋਰੀ ਕਰਕੇ ਅਤੇ ਮੁੜ ਕੇ ਜਿਹੜਾ ਉੱਥੇ ਨੰਬਰ ਹੁੰਦਾ ਮੋਮ ਦਾ, ਡੈਡ ਦਾ ਜਾਂ ਕੋਈ ਵੀ, ਉੱਥੇ ਫੋਨ ਕਰਦਾ ਵੀ ਜਿਹੜਾ ਤੁਹਾਡਾ ਇਹ ਫੋਨ ਜਿਹਦਾ ਹੈਗਾ ਨਾ ਜੀ, ਉਹ ਮੈਂ ਫਲਾਨਾ ਬੋਲਦਾ, ਉਹਦਾ ਐਕਸੀਡੈਂਟ ਹੋ ਗਿਆ, ਉਹ ਫਲਾਨੇ ਹੋਸਪਿਟਲ 'ਚ ਮੈਂ ਉਹਨੂੰ ਲੈ ਕੇ ਆਇਆ, ਅਤੇ ਤੁਸੀਂ ਇੱਥੇ ਆ ਜਾਓ, ਅਤੇ ਇੱਥੇ ਪੈਸੇ ਜਿਹੜੇ ਹੈਗੇ ਨੇ ਉਹ ਜਮ੍ਹਾਂ ਕਰਾਉਣੇ ਪੈਣੇ, 2 ਲੱਖ ਰੁਪਈਆ, ਤਾਂ ਤੁਸੀਂ ਨਾਲ ਲੈ ਕੇ ਆਇਓ ਪੈਸੇ। ਫਿਰ ਉੱਥੇ ਜਦੋਂ ਆਉਂਦੇ ਸੀ ਤਾਂ ਉੱਥੋਂ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉੱਥੇ ਹੀ ਲੁੱਟ ਲੈਂਦੇ ਸੀਗੇ, ਹਸਪਤਾਲ ਆਉਣ ਤੋਂ ਪਹਿਲਾਂ ਹੀ ਹਿਸਾਬ ਕਿਤਾਬ ਲਾ ਲੈਂਦੇ ਸੀ, ਪਾਰਕਿੰਗ ਪੂਰਕਿੰਗ ਦੇ ਵਿੱਚ ਹੀ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ। ਇਹੋ ਜਿਹੇ ਵੀ ਕੇਸ ਬੜੇ ਹੁੰਦੇ ਨੇ, ਹੋਰ ਬੜੇ ਕੇਸ ਹੁੰਦੇ ਨੇ, ਤੁਹਾਡੇ ਨਾਲ ਕਦੇ ਕੋਈ ਵਾਪਰਿਆ ਹੋਵੇ ਜ਼ਰੂਰ ਸਾਂਝਾ ਕਰ ਸਕਦੇ। ਜੀ ਜਿਉਂਦਾਬਾਦ ਵਾਲਾ ਚੜ੍ਹਦੀ ਅਗਲਾ ਜਰਾ, ਤੇ ਹੁਣ ਤੂੰ ਕਿਤੇ ਠੱਗੀਆਂ ਠੱਗੀਆਂ ਹੈ ਨਾ, ਵੱਜੀ ਕਦੇ ਤੁਹਾਡੇ ਨਾਲ?
ਵੀ ਠੱਗੀ ਮੇਰੇ ਨਾਂ ਤੇਰਾ ਨਾ ਇੰਡੀਆ ਦੀ ਬੋਲਦਾ ਕਹਿੰਦੇ ਅਮਰੀਕਾ ਦੀ ਕਿਤੇ ਵੀ ਕਿਤੇ ਵੀ ਲਵੀ ਇੱਕ ਹੋਰ ਧਾਰੀ ਮੇਰੇ ਘਰੇ ਠੱਗੀ ਵੱਜੀ ਸੀ ਸਾਡੇ ਪਿੰਡ ਦੀ ਉਹ ਠੱਗੀ ਆ ਸਾਡੇ ਗਵਾਂਢ ਦੀ ਹੋਈ ਹਨਾ ਬਹੁਤ ਵਾਰੇ ਹੋ ਗਈ ਤੇ ਉਹ ਮੁੰਡਾ ਨਾ ਪਤਾ ਨੀ ਨਸ਼ੇ ਨੁਸ਼ੇ ਕਰਦਾ ਸਾਡੇ ਗਵਾਂਢ ਹੀ ਸੀ ਹਨਾ ਤੇ ਉਹ ਕਹਿੰਦਾ ਮੈਨੂੰ ਕਹਿੰਦਾ ਨਾ ਚਾਚੀ ਕਹਿੰਦਾ ਨਾ ਮੇਰਾ ਸਾਲਾ ਬਿਮਾਰ ਆ ਹਨਾ ਅੱਛਾ ਮੈਨੂੰ ਪੈਸੇ ਦੇ ਦੇ ਮੈਂ ਕਿੰਨੇ ਕੁ ਲੈਣੇ ਆ ਕਹਿੰਦਾ 500 ਦੇ ਦੇ ਚੱਲ ਹਨਾ ਤੇ ਮੈਂ ਇੱਥੋਂ 500 ਰੁਪਇਆ ਲੈ ਗਿਆ ਤੇ ਮੁੜ ਕੇ ਅੱਜ ਦੇ ਉਹਦੇ ਘਰ ਆਏ ਨੂੰ ਕਿਹਾ ਮੈਂ ਕਿਹਾ ਕੁੜੇ ਤੇਰੇ ਘਰ ਘਰ ਵਾਲਾ ਪੈਸੇ ਕਦੇ ਨਾ ਦਿੰਦੀ ਹੈ ਅੱਛਾ ਕਿਉਂ ਚੱਲ ਪਰ ਹਾਂ ਪਰ ਸਬਰ ਆਪਾਂ ਸਬਰ ਦੋ ਕੀ ਕਰ ਲਿਆ ਤੇ ਹੁਣ ਤੂੰ ਕਿਆ ਰਜਾਈਆਂ ਦੀ ਗੱਲ ਲੈ ਲਓ ਹੈ ਹਾਂਜੀ ਤੇ ਰਜਾਈਆਂ ਆਪਾਂ ਆਨਲਾਈਨ ਕਦੇ ਮੰਗਾਈਆਂ ਨੀ ਅਸੀਂ ਜਾਂਦੇ ਹਾਂ ਵਧੀਆ ਖਰੀਦ ਕੇ ਲਿਆਉਂਦੇ ਹਾਂ ਵਧੀਆ ਤੇ ਜਦੋਂ ਮੈਂ ਉਧਰੋਂ ਆਉਂਦੀ ਹਾਂ ਉਧਰੋਂ ਅਸੀਂ ਕੰਬਲ ਕੰਬਲ ਵੀ ਬਥੇਰੇ ਲਿਆਉਂਦੇ ਸੀ ਲੁਧਿਆਣੇ ਤੋਂ ਹੈ ਅੱਛਾ ਹਾਂ ਤੇ ਵੀ ਜੱਗੀ ਸਾਹਿਬ ਤੇਰਾ ਤਾਂ ਵਿਰਸਾ ਬਹੁਤ ਵਧੀਆ ਹੈ ਤੇ ਹੁਣ ਤੂੰ ਹੁਣ ਤੈਨੂੰ ਦਰਸ਼ਨ ਭੈਣ ਨੀ ਕਾਲ ਕਰਦੀ ਕਦੇ ਅੱਗੇ ਕਰਦੀ ਹੁੰਦੀ ਸੀ ਲੇਟ ਹੋ ਜਾਂਦੇ ਆ ਉਹ ਟਾਈਮ ਦਾ ਫਰਕ ਪੈ ਗਿਆ ਨਾ ਟਾਈਮ ਦਾ ਤੇ ਉਹ ਫਿਰ ਉੱਥੇ ਉਹਨਾਂ ਦੇ ਹਾਂਜੀ ਹਾਂਜੀ ਟਾਈਮ ਦਾ ਫਰਕ ਹੈ ਤੇ ਆਪਾਂ ਤਾਂ ਹੁਣ ਦੇਖ ਹਾਂਜੀ ਹਾਂ ਮੈਂ ਤਾਂ ਹਲੇ ਬੈਡ ਤੇ ਪਈ ਹਾਂ ਤੇ ਉੱਤੇ ਆਪਣੇ ਕੰਬਲ ਲਿਆ ਵਾ ਤੇ ਤੂੰ ਜਾਂਦੀ ਮੇਰੇ ਨਾ ਆਪਾਂ ਕਰਦੇ ਆ ਹਜੇ ਸਾਰਾ ਹਫਤਾ ਹੋਰ ਚੱਲਣਾ ਜੱਗੀ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਓਕੇ ਬਾਏ ਥੈਂਕ ਯੂ ਜੀ ਬਹੁਤ ਜਿਉਂਦਾ ਵਾਦਾਰਾ ਚੜ੍ਹਦੀਆਂ ਕਲਾ ਚਰਾ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਦੋਂ ਇੱਕ ਬੰਦਾ ਕਿਸੇ ਠੱਗੀ ਕਰਦਾ ਤਾਂ ਉਹ ਸਾਰਿਆਂ ਦਾ ਵਿਸ਼ਵਾਸ ਲੁੱਟ ਕੇ ਲੈ ਜਾਂਦੇ ਆ ਸਾਰਿਆਂ ਦੇ ਵਿਸ਼ਵਾਸ ਕਰਨ ਨੂੰ ਬੰਦਾ ਬੰਦ ਕਰ ਦਿੰਦਾ ਉਹਦਾ ਚੱਕਰ ਦੇ ਵਿੱਚ ਹੀ ਕੋਈ ਇੱਕ ਕਹਿੰਦੇ ਵੀ ਕੋਈ ਸੰਤ ਮਹਾਤਮਾ ਸੀ ਬਾਹਰ ਰਹਿੰਦਾ ਸੀ ਪਿੰਡ ਦੇ ਕਿਤੇ ਬੜਾ ਵਧੀਆ ਉਹਨੂੰ ਘੋੜਿਆ ਘੋੜੇ ਦਾ ਬੜਾ ਸ਼ੌਕ ਸੀ ਡਾਕੂ ਆਏ ਉਹ ਕਹਿੰਦੇ ਵੀ ਘੋੜਾ ਵੇਚਦੇ ਉਹ ਕਹਿੰਦਾ ਵੀ ਘੋੜਾ ਨਹੀਂ ਨਹੀਂ ਮੈਂ ਵੇਚਣਾ ਹੈ ਉਹ ਕਹਿੰਦੇ ਵੀ ਘੋੜਾ ਵੇਚ ਪੈਸੇ 10 ਕਹਿੰਦੇ ਮੈਂ ਵੇਚਣਾ ਹੀ ਨਹੀਂ ਘੋੜਾ ਜਦ ਫਿਰ ਕੀ ਕਰਾਂ ਕਰਦੇ ਕਰਾਉਂਦੇ ਜੀ ਇੱਕ ਦਿਨ ਉਹ ਜਾ ਰਹੇ ਸੀ ਕਹਿੰਦੇ ਸੰਤ ਕਿਤੇ ਅਤੇ ਸੰਤ ਜਿਹੜੇ ਸੀ ਜਦੋਂ ਜੋ ਬਾਬਾ ਜੀ ਜੋ ਵੀ ਸੀਗੇ ਉਹ ਜਾ ਰਹੇ ਸੀਗੇ ਅਤੇ ਮੂਹਰੇ ਇੱਕ ਮੰਗਤਾ ਜਾ ਰਿਹਾ ਜੀ ਕੋਈ ਤੁਰ ਨਹੀਂ ਹੋ ਰਿਹਾ ਸੀ ਐਂ ਲੱਗਦਾ ਸੀ ਵੀ ਕੋਈ ਤੁਰ ਨਹੀਂ ਹੋਣਾ ਉਹਨੇ ਘੋੜੇ ਰੋਕ ਕੇ ਕਹਿੰਦਾ ਜੀ ਮੈਨੂੰ ਤੁਸੀਂ ਸ਼ਹਿਰ ਤੱਕ ਛੱਡ ਦਿਓ ਮੈਂ ਕੋਈ ਤੁਰ ਨਹੀਂ ਹੁੰਦਾ ਤਾਂ ਉਹਨਾਂ ਨੇ ਜਿਹੜੇ ਮਹਾਤਮਾ ਸੀਗੇ ਉਹ ਆਪ ਉਤਰ ਗਏ ਅਤੇ ਉਹਨੂੰ ਘੋੜੇ 'ਤੇ ਬਿਠਾ ਦਿੱਤਾ ਅਤੇ ਆਪ ਨਾਲ ਨਾਲ ਤੁਰਨ ਪਏ ਅਤੇ ਉਹਨੇ ਘੋੜੇ ਨੂੰ ਅੱਡੀ ਮਾਰੀ 'ਤੇ ਭਜਾ ਕੇ ਲੈ ਗਿਆ ਅਤੇ ਮੁੜ ਕੇ ਕਹਿੰਦਾ ਵੀ ਕਿਉਂ ਤੂੰ ਕਹਿੰਦਾ ਸੀ ਵੀ ਘੋੜਾ ਦੇਣਾ ਨਹੀਂ ਉਦੋਂ ਪੈਸੇ ਦਿੰਦੇ ਸੀ ਅਸੀਂ ਹੁਣ ਫਰੀ ਲੈ ਚੱਲੇ ਹਾਂ ਆਹ ਦੇਖ ਲਾ ਹੁਣ ਉਹ ਕਹਿੰਦਾ ਵੀ ਐਂ ਕਰ ਲੈ ਤਾਂ ਜਾ ਹੁਣ ਘੋੜਾ ਤਾਂ ਕੋਈ ਨਹੀਂ ਮੈਂ ਰੋਕਦਾ ਨਹੀਂ ਤੈਨੂੰ ਪਰ ਕਿਸੇ ਨੂੰ ਦੱਸੀ ਨਾ ਅੱਗੇ ਦੱਸੀ ਨਾ ਵੀ ਮੈਂ ਇੱਦਾਂ ਲਿਆਇਆ ਘੋੜਾ ਨਹੀਂ ਤਾਂ ਲੋਕ ਵਿਸ਼ਵਾਸ ਕਰਨ ਹਟ ਜਾਣਗੇ ਮੰਗਤਿਆਂ 'ਤੇ ਭਿਖਾਰੀਆਂ 'ਤੇ ਜਾਂ ਜਿਹੜਾ ਕੋਈ ਲੋੜਵੰਦ ਹੈਗਾ ਉਹ 'ਤੇ ਵਿਸ਼ਵਾਸ ਕਰਨ ਹਟ ਜਾਣਗੇ ਵੀ ਤੂੰ ਦੱਸੀ ਨਾ ਕਿਸੇ ਨੂੰ ਸੋ ਇਹ ਚੀਜ਼ਾਂ ਹੈਗੀਆਂ ਜਦੋਂ ਕੋਈ ਕਿਸੇ ਨਾਲ ਠੱਗੀ ਕਰਦਾ ਕੋਈ ਰਿਸ਼ਤੇਦਾਰ ਵੀ ਕਰਦਾ ਕੋਈ ਦੂਰ ਵਾਲਾ ਕਰਦਾ ਜਦੋਂ ਇੱਕ ਰਿਸ਼ਤੇਦਾਰ ਕੋਈ ਠੱਗੀ ਕਰ ਜਾਂਦਾ ਤਾਂ ਮੁੜ ਕੇ ਇਉਂ ਲੱਗਦਾ ਕਿ ਸਾਰੇ ਰਿਸ਼ਤੇਦਾਰ ਹੀ ਉੱਦਾਂ ਦੇ ਰਹੇ ਵਿਸ਼ਵਾਸ ਟੁੱਟ ਜਾਂਦਾ ਜਿਹੜੀਆਂ ਠੱਗੀਆਂ ਕੱਲੀਆਂ ਇੰਨਾ ਨੁਕਸਾਨ ਨਹੀਂ ਕਰਦੀਆਂ ਜਿਹਨਾਂ ਠੱਗੀ ਵੱਜੀ ਹੈ ਉਹਦਾ ਹੀ ਨੁਕਸਾਨ ਹੋਇਆ ਉਹ ਨੁਕਸਾਨ ਏਡਾ ਵੱਡਾ ਕਰ ਜਾਂਦੀਆਂ ਨੇ ਕਿ ਮੁੜ ਕੇ ਬੰਦਾ ਇੱਕ ਜਲੰਧਰ ਦੀ ਗੱਲ ਹੈ ਹੋਸਪਿਟਲ ਦੀ ਹੋਸਪਿਟਲ ਦੇ ਵਿੱਚ ਹੁਣ ਸਾਰੇ ਦੁਖੀ ਜਾਂਦੇ ਆ ਕੋਈ ਸੁਖੀ ਤਾਂ ਜਾਂਦਾ ਨਹੀਂ ਉੱਥੇ ਹੱਸਦਾ ਖੇਡਦਾ ਉੱਥੇ ਦੀ ਬੜੀ ਕਮਾਲ ਦੀ ਗੱਲ ਹੈ ਕਿ ਲੋਕ ਉਦੋਂ ਬਾਅਦ ਵਿਸ਼ਵਾਸ ਕਰਨ ਨੂੰ ਹਟ ਗਏ ਹੋਣਗੇ ਉਸ ਉਹ ਬੰਦਾ ਤਾਂ ਵਿਸ਼ਵਾਸ ਕਰਨ ਨੂੰ ਹਟ ਗਿਆ ਉਹ ਕਿਸੇ 'ਤੇ ਕੋਈ ਬੰਦਾ ਕਿਸੇ ਕੋਲ ਆਇਆ ਪੇਸ਼ੈਂਟ ਨਾਲ ਉੱਥੇ ਹੈਗਾ ਅਤੇ ਵੀਲਚੇਅਰ 'ਤੇ ਨਾਲ ਖੜ੍ਹੇ ਗੱਲਾਂ ਕਰ ਰਹੇ ਰਿਸ਼ਤੇਦਾਰ ਪਤਾ ਲੈ ਰਹੇ ਨੇ ਅਤੇ ਉਹ ਬੰਦਾ ਕੋਈ ਆਇਆ ਕਹਿੰਦਾ ਭਾਅ ਜੀ ਮੇਰਾ ਰਿਸ਼ਤੇਦਾਰ ਬਹੁਤ ਸੀਰੀਅਸ ਆ ਅਤੇ ਉਹ ਪਤਾ ਨਹੀਂ ਹੁਣ ਅੱਜ ਦੀ ਰਾਤ ਕੱਟੇ ਕਿ ਨਾ ਕੱਟੇ ਅਤੇ ਮੈਂ ਫੋਨ ਐਕ ਕਰਨਾ ਮੇਰਾ ਫੋਨ ਡੈੱਡ ਹੋ ਗਿਆ ਹੁਣ ਹਰ ਬੰਦਾ ਕਹਿੰਦਾ ਜੀ ਫੋਨ ਤੁਸੀਂ ਕਰ ਲਓ ਕੋਈ ਨਹੀਂ ਕਰ ਲਓ ਅਤੇ ਉਹ ਕਹਿੰਦਾ ਜੀ ਨਹੀਂ ਤੁਸੀਂ ਐਂ ਕਰੋ ਆਪਣਾ ਕਾਰਡ ਕੱਢ ਲਓ ਮੈਂ ਅਮਰੀਕਾ ਗੱਲ ਕਰਨੀ ਹੈ ਮੇਰਾ ਭਰਾ ਇੱਕ ਅਮਰੀਕਾ ਵੀ ਉਹਨੂੰ ਕਹਿਣਾ ਤੂੰ ਫਟਾਫਟ ਟਿਕਟ ਲੈ ਕੇ ਆ ਜਾ ਜਲੰਧਰ ਦੀ ਗੱਲ ਹੈ ਟਿਕਟ ਲੈ ਕੇ ਆ ਜਾ ਅਤੇ ਉਹਨੇ ਕਿਹਾ ਵੀ ਠੀਕ ਹੈ ਉਹਨੇ ਆਪਣਾ ਕਾਰਡ ਕੱਢ ਲਿਆ ਤਾਂ ਉਹਨੇ ਆਪਣਾ ਕਾਰਡ ਪਾਇਆ ਵੀ ਕਾਰਡ ਆਪਦੇ ਫੋਨ 'ਚ ਕੱਢ ਕੇ ਉਹ 'ਚ ਕਪ ਪਾਇਆ ਅਤੇ ਹੈਲੋ ਹੈਲੋ ਕਰਦਾ 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 ਉਹ ਗੱਲੀ ਲੱਗ ਗਏ ਮਾੜਾ ਜਿਹਾ ਉਹ ਦਰਵਾਜ਼ਿਓਂ ਬਾਹਰ ਅਤੇ ਉਦੋਂ ਬਾਅਦ ਹੁਣ ਬੰਦਾ ਕੋਈ ਹੋਸਪਿਟਲ ਦੇ ਵਿੱਚ ਕੋਈ ਲੋੜਵੰਦ ਵੀ ਹੋਊ ਉਹਨੂੰ ਫੋਨ ਦੇਊਗਾ ਥੋੜ੍ਹੀ ਮੁੜ ਕੇ ਅਗਲਾ ਕਹੂਗਾ ਵੀ ਨਹੀਂ ਭਾਈ ਮੈਂ ਹੱਥ ਜੋੜੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਹੈਗੀਆਂ ਨੇ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ ਗੱਲ ਜਿਹੜੀ ਠੱਗੀਆਂ ਦੀ ਚੱਲਦੀ ਮੁੱਕਦੀ ਗੱਲ ਇਹੀ ਹੈ ਕਿ ਦੁਨੀਆ ਠੱਗ ਹੋਣ ਨੂੰ ਬੈਠੀ ਹੈ ਠੱਗਣ ਵਾਲਾ ਬੰਦਾ ਚਾਹੀਦਾ ਹੈ ਗੱਲਾਂ ਦੇ ਵਿੱਚ ਅਸੀਂ ਬਹੁਤ ਛੇਤੀ ਆ ਜਾਂਦੇ ਸਭ ਤੋਂ ਵੱਡਾ ਕਾਰਨ ਠੱਗੀਆਂ ਦਾ ਉਦੋਂ ਬਣਦਾ ਜਦੋਂ ਅਸੀਂ ਲਾਲਚ ਕਰ ਜਾਂਦੇ ਹਾਂ ਵੀ ਚੱਲ ਭਾਈ $200 ਦੇ ਕੇ ਕੀ ਫਰਕ ਪੈਂਦਾ
1500 ਆਉਂਦਾ ਜਾਂ 2000 ਆਉਂਦਾ ਉਦੋਂ ਜ਼ਿਆਦਾ ਠੱਗੀਆਂ ਹੁੰਦੀਆਂ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਫੋਨ ਆਉਂਦਾ ਪਹਿਲੀ ਗੱਲ ਤਾਂ ਜਿਹੜੇ ਕਿ ਮਹਿਕਮੇ ਸਰਕਾਰੀ ਮਹਿਕਮੇ ਨੇ ਉਹ ਫੋਨ ਨਹੀਂ ਕਰਦੇ, ਛੇਤੀ ਫੋਨ ਕਦੇ ਨਹੀਂ ਕਰਨਗੇ, ਚਿੱਠੀ ਪਾਉਣਗੇ, ਚਿੱਠੀ ਰਾਹੀਂ ਤੁਹਾਡਾ ਕੋਈ ਜਵਾਬ ਮੰਗਣਗੇ। ਸੋ ਇੱਦਾਂ ਦਾ ਕੋਈ ਫੋਨ ਆਉਂਦਾ ਤਾਂ ਉਹਨੂੰ ਅਵਾਇਡ ਕਰੋ, ਉਹਨੂੰ ਚੱਕਣ ਦੀ ਲੋੜ ਨਹੀਂ, ਕੁਛ ਨਹੀਂ ਇਹ ਕਰ ਸਕਦੇ, ਕੁਛ ਧਮਕਾਉਂਦੇ ਨੇ, ਡਰਾਉਂਦੇ ਨੇ। ਜਾਂ ਫਿਰ ਜੇ ਔਨਲਾਈਨ ਠੱਗੀਆਂ ਦੀ ਗੱਲ, ਜੇ ਔਨਲਾਈਨ ਠੱਗੀ ਅਸੀਂ ਕਿਸੇ ਚੀਜ਼ ਮੰਗਾਉਂਦੇ ਹਾਂ ਤਾਂ ਉਹ ਚੀਜ਼ ਵਾਪਸ ਹੋ ਸਕਦੀ ਆ ਆਰਾਮ ਦੇ ਨਾਲ। ਅੱਜ ਕੱਲ੍ਹ ਚਾਂਸ ਕਾਫੀ ਘੱਟ ਗਏ ਨੇ, ਪਰ ਫਿਰ ਵੀ ਅਸੀਂ ਕਹਿੰਦੇ ਚੱਲ ਕੋਈ ਨਹੀਂ ਯਾਰ, ਹੁਣ ਤਾਂ $20 ਹੀ ਆ, ਹੁਣ ਲੈ ਲਈ ਚੀਜ਼ ਪਈ ਰੂ, ਕਦੇ ਕੰਮ ਆਜੂ, ਕਦੀ ਵੀ ਇੱਦਾਂ ਸੋਚ ਲੈਂਦੇ। ਅਤੇ ਬਾਕੀ ਜਿਹੜੇ ਘਰਾਂ ਦੇ ਵਿੱਚ ਅੱਜ ਕੱਲ੍ਹ ਆਉਂਦੇ ਨੇ ਉਹ ਵੀ ਚੀਜ਼ਾਂ ਅਸੀਂ ਇਹਦੇ ਗਾਹੇ ਵਗਾਹੇ ਅਵੇਅਰ ਕਰਦੇ ਰਹਾਂਗੇ ਤੁਹਾਨੂੰ ਵੀ ਕਿੱਥੇ ਕਿੱਥੇ ਕੀ ਕੀ ਧਿਆਨ ਰੱਖਣਾ ਚਾਹੀਦਾ, ਪੁਲਿਸ ਕੀ ਕਹਿੰਦੀ ਹੈ, ਜਾਂ ਕੀ ਵਾਪਰ ਰਿਹਾ ਆਲੇ ਦੁਆਲੇ। ਇਹੀ ਕੋਸ਼ਿਸ਼ ਹੁੰਦੀ ਜਦੋਂ ਅਸੀਂ ਇੱਦਾਂ ਪ੍ਰੋਗਰਾਮ ਰੱਖਦੇ ਹਾਂ ਤਾਂ ਕਿ ਬਾਕੀ ਜਿਹੜੇ ਪੰਜਾਬੀ ਨੇ, ਦਰਸ਼ਕ ਨੇ, ਉਹ ਪ੍ਰੋਗਰਾਮ ਦੇਖ ਰਹੇ ਨੇ, ਉਹ ਅਵੇਅਰ ਹੋ ਜਾਣ, ਉਹ ਚੁਕੰਨੇ ਹੋ ਜਾਣ। ਸੋ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਜਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਕਿਤੇ ਵੀ ਸੰਪਰਕ ਕਰ ਸਕਦੇ, ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ।